ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਜੁੜ ਬੈਠ ਕੇ ਆਪ ਜੀ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੇ ਅਮੋਲਕ ਮਨੁੱਖਾ ਜੀਵਨ ਨੂੰ ਸਫਲ ਕਰ ਰਹੇ ਹੋ। ਅੱਜ ਦਾ ਜੋ ਸ਼ਬਦ ਪ੍ਰਕਰਨ ਅਧੀਨ ਹੈ ਇਹ ਸਲੋਕ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ। ਮਾਝ ਕੀ ਵਾਰ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 146 ਅੰਗ ਉੱਪਰ ਇਹ ਪਾਵਨ ਪਵਿੱਤਰ ਬਚਨ ਸੁਭਾਏ ਮਾਨ ਹਨ। ਇਸ ਸਲੋਕ ਦਾ ਅੱਧਾ ਹਿੱਸਾ ਕੱਲ ਆਪ ਜੀ ਨੇ ਸਰਵਣ ਕੀਤਾ ਸੀ। ਜਿਸ ਮਨੁੱਖ ਨੇ ਆਪਣੇ ਅੱਠੇ ਪੈਰ ਉਹਨਾਂ ਵਿੱਚੋਂ ਇੱਕ ਚੌਥਾ ਪੈਰ ਜਿਹੜਾ ਹੈ ਉਸ ਨੂੰ ਹਜ਼ੂਰ ਨੇ ਅੰਮ੍ਰਿਤ ਵੇਲਾ ਕਿਹਾ ਹੈ। ਉਹ ਜੋ ਅੱਠ ਪੈਰਾਂ ਵਿੱਚੋਂ ਚੌਥਾ ਪੈਰ ਹੈ ਸਵੇਰ ਦਾ ਅੰਮ੍ਰਿਤ ਵੇਲੇ ਦਾ ਉਸ ਨੂੰ ਪਰਮਾਤਮਾ ਦੀ ਯਾਦ ਵਿੱਚ ਸਫਲ ਕਰਨ ਦਾ ਉਪਦੇਸ਼ ਗੁਰੂ ਅੰਗਦ ਦੇਵ ਜੀ ਨੇ ਬਖਸ਼ਿਸ਼ ਕੀਤਾ ਤੇ ਨਵਾਂ ਖੰਡ ਸਰੀਰ ਨਵਾਂ ਹਿੱਸਾ ਉਹਦੇ ਵਿੱਚੋਂ ਨਾਮ ਦੀ ਖੋਜ ਕੀਤੀ। ਬਾਕੀ ਦੇ ਜੋ ਸੱਤ ਪੈਰ ਨੇ ਉਹਨਾਂ ਦੀ ਵਿਚਾਰ ਅੱਜ ਦੇ ਲਫ਼ਜ਼ਾਂ ਵਿੱਚ ਹੈ। ਉਹਨਾਂ ਸੱਤ ਬਚੇ ਹੋਏ ਪੈਰਾਂ ਦਾ ਕਿਵੇਂ ਇਸਤੇਮਾਲ ਕਰਨਾ ਹੈ? ਸਤਿਗੁਰਾਂ ਨੇ ਕਿਹਾ ਸੰਗਤ ਉਹਨਾਂ ਦੀ ਕਰ ਇਹਨਾਂ ਸੱਤ ਪੈਰਾਂ ਵਿੱਚ ਜਿਨ੍ਹਾਂ ਨੇ ਆਪਣਾ ਜੀਵਨ ਪਰਮਾਤਮਾ ਦੇ ਦਰ ਤੇ ਪ੍ਰਵਾਨ ਕਰਾ ਲਿਆ ਹੈ। ਫਿਰ ਉਸ ਥਾਂ ਤੇ ਕਿਵੇਂ ਵਾਪਰਦਾ ਹੈ ਅੰਮ੍ਰਿਤ ਦੀ ਦਾਤ, ਸਰੀਰ ਵਿੱਚੋਂ ਗੁਰਮੁਖ ਕਿਵੇਂ ਖੋਜਦੇ ਨੇ, ਉਹ ਅੱਜ ਦੇ ਬਚਨ ਵਿੱਚ ਆਇਆ ਕਿ ਜਦੋਂ ਕੋਈ ਗੁਰਸਿੱਖ ਗੁਰਮੁਖ ਭਗਤ ਜਨ ਪਰਮਾਤਮਾ ਦੇ ਨਾਮ ਦੀ ਕਮਾਈ ਅੰਮ੍ਰਿਤ ਵੇਲੇ ਕਰੇਗਾ ਔਰ ਬਾਕੀ ਦੇ ਜਿਹੜੇ ਸੱਤ ਪੈਰ ਹਨ ਉਹਨਾਂ ਵਿੱਚ ਆਪਣੇ ਆਚਰਣ ਨੂੰ ਉੱਚਾ ਬਣਾਏਗਾ, ਸੰਸਾਰ ਵਿੱਚ ਵਿਚਰਦਿਆਂ ਗੁਰੂ ਦੀ ਦੱਸੀ ਮਰਿਆਦਾ ਤੇ ਤੁਰੇਗਾ ਤੇ ਉਹ ਜਿਹੜੇ ਸੱਤ ਪੈਰ ਨੇ ਉਹਨਾਂ ਵਿੱਚ ਘੱਟ ਖਾਣਾ, ਘੱਟ ਬੋਲਣਾ, ਘੱਟ ਸੌਣਾ, ਸੱਚ ਦੇ ਧਾਰਨੀ ਹੋਣਾ, ਜੀਵਨ ਦੀ ਹਰ ਇੱਕ ਸ਼ਕਤੀ ਨੂੰ ਸੰਜਮ ਵਿੱਚ ਰੱਖਣਾ, ਜੀਵਨ ਦੇ ਹਰ ਇੱਕ ਪੱਖ ਨੂੰ ਧਿਆਨ ਵਿੱਚ ਰੱਖਣਾ, ਜਿਵੇਂ ਜਿਵੇਂ ਗੁਰੂ ਨੇ ਹੁਕਮ ਦਿੱਤਾ ਹੈ ਸਰੀਰਕ ਜ਼ਿੰਦਗੀ ਨੂੰ ਉਸ ਢੰਗ ਦੇ ਨਾਲ ਜੇ ਕੋਈ ਬਾਕੀ ਦੇ ਸੱਤ ਪੈਰ ਜਿਉਂਦਾ ਹੈ ਯਾਨੀ ਕਿ ਅੰਮ੍ਰਿਤ ਵੇਲੇ ਨੂੰ ਛੱਡ ਕੇ ਤਾਂ ਫਿਰ ਉਹਦਾ ਜਿਹੜਾ ਸਰੀਰ ਹੈ ਅੰਮ੍ਰਿਤ ਵੇਲਾ ਕਮਾਉਣ ਦੇ ਸਮਰੱਥ ਹੋ ਜਾਂਦਾ ਹੈ, ਕਿਉਂਕਿ ਅੰਮ੍ਰਿਤ ਵੇਲਾ ਇੱਕ ਵਿਸ਼ੇਸ਼ ਸਮਾਂ ਕਿਹਾ ਹੈ ਗੁਰਬਾਣੀ ਨੇ। ਉਹਦੇ ਅੰਦਰ ਪਰਮਾਤਮਾ ਦੇ ਦਰ ਨਾਲ ਜੋੜ ਪੈਣਾ ਹੈ, ਜਾਂ ਇਉਂ ਕਹੀਏ ਜਿਵੇਂ ਇੱਕ ਵਿਦਿਆਰਥੀ ਸਾਲ ਦੇ ਵਿੱਚ ਤਕਰੀਬਨ 300 ਦਿਨ ਸਟੱਡੀ ਕਰਦਾ ਹੈ, ਪੜ੍ਹਦਾ ਹੈ, ਪਰ ਜਿਹੜਾ ਉਹਦਾ ਇਮਤਿਹਾਨ ਹੋਣਾ ਹੈ ਉਹ ਸਾਰੇ ਸਾਲ ਦਾ ਨਹੀਂ ਹੈ, ਉਹ ਕੇਵਲ ਕੁਝ ਦਿਨਾਂ ਵਿੱਚ ਉਹਦੇ ਟੈਸਟ ਲੈ ਜਾਣੇ ਨੇ। ਪਰ ਇਹ ਵੀ ਇੱਕ ਸੱਚਾਈ ਹੈ ਕਿ ਉਹਨਾਂ ਟੈਸਟਾਂ ਵਿੱਚ ਉਹਦੀ ਸਫਲਤਾ ਤਾਂ ਹੋਵੇਗੀ ਜੇ ਉਹਨੇ ਬਾਕੀ ਦੇ 300 ਦਿਨ ਚੰਗੀ ਤਰ੍ਹਾਂ ਮਰਿਆਦਾ ਵਿੱਚ ਰਹਿ ਕੇ ਸਕੂਲ ਦੇ ਨਿਯਮ ਨੂੰ ਨਿਭਾ ਕੇ ਵਿੱਦਿਆ ਹਾਸਲ ਕੀਤੀ ਹੈ।
ਤਾਂ ਫਿਰ ਉਹ ਹਾਸਲ ਕੀਤੀ ਹੋਈ ਵਿੱਦਿਆ ਦਾ ਜਿਹੜਾ ਤੱਤ ਹੈ ਉਸ ਟੈਸਟ ਵਿੱਚ ਉਹਨੂੰ ਉੱਚੀ ਥਾਂ ਤੇ ਲੈ ਜਾਏਗਾ, ਉਹਨੂੰ ਸਫਲਤਾ ਦਿਵਾਏਗਾ। ਇਸੇ ਤਰ੍ਹਾਂ ਜਿਵੇਂ ਆ ਦਿਨ ਚੜ੍ਹਦਾ ਹੈ, ਆਪਾਂ ਕੰਮਕਾਰ ਤੇ ਤੁਰਨੇ ਆ, ਕੋਈ ਮਨੁੱਖ ਕਾਰਜ ਕਰਦਾ, ਕੋਈ ਖਾਂਦਾ ਹੈ, ਕੋਈ ਪੀਂਦਾ ਹੈ, ਕੋਈ ਵੇਖਦਾ ਹੈ, ਕੋਈ ਵਿਹਾਰ ਕਰਦਾ, ਸਮਾਜ ਦੇ ਕਾਰੋਬਾਰ ਨੇ। ਜਿਹੜਾ ਇਹ ਸਾਰਾ ਦਿਨ ਗੁਰੂ ਦੀ ਦੱਸੀ ਮੱਤ ਤੇ ਤੁਰੇਗਾ, ਫੀਲਡ ਦੀ ਜ਼ਿੰਦਗੀ ਜਿਹੜੀ ਹੈ ਜਿਹਨੂੰ ਆਪਾਂ ਕਰਮ ਕਹਿੰਦੇ ਹਾਂ, ਕਰਮ ਸ਼ੁਭ ਕਰੇਗਾ ਸਾਰਾ ਦਿਨ, ਜਿਹਦੀ ਰੀਤ ਸ਼ੁੱਧ ਹੋਵੇਗੀ, ਜਿਹਦਾ ਜੀਵਨ ਦਿਨੇ ਜਿਉਣ ਦਾ ਠੀਕ ਹੋ ਜਾਏਗਾ, ਤਾਂ ਇਹ ਇਉਂ ਸਮਝੋ ਜਿਵੇਂ ਇੱਕ ਵਿਦਿਆਰਥੀ ਆਪਣੀ ਵਿੱਦਿਆ ਦੀ ਸਟੱਡੀ ਕਰ ਰਿਹਾ, ਪਰ ਜਦੋਂ ਅਗਲਾ ਦਿਨ ਅੰਮ੍ਰਿਤ ਵੇਲਾ ਆਉਣਾ, ਉਸ ਵੇਲੇ ਮਨ ਨੂੰ ਟੈਸਟ ਹੈ, ਜਿਹਨੇ ਤੇ ਸਾਰਾ ਦਿਨ ਗੁਰੂ ਦੀ ਮੱਤ ਵਿੱਚ ਬਿਤਾਇਆ ਉਹ ਤੇ ਅਗਲੇ ਅੰਮ੍ਰਿਤ ਵੇਲੇ ਉੱਚੇ ਸਥਾਨ ਨੂੰ ਪ੍ਰਾਪਤ ਕਰ ਲਏਗਾ। ਤੇ ਜੇ ਸਾਰਾ ਦਿਨ ਬੰਦੇ ਨੇ ਮਨਮਰਜ਼ੀ ਕੀਤੀ, ਬੇਹਤਾਸ਼ਾ ਖਾਧਾ, ਸਾਰਾ ਦਿਨ ਨਿੰਦਿਆ ਕੀਤੀ, ਗੱਲਬਾਤ ਵਿੱਚ ਜੀਵਨ ਦੀ ਐਨਰਜੀ ਗਵਾ ਦਿੱਤੀ, ਇੱਧਰ ਉੱਧਰ ਦੀਆਂ ਗੱਲਾਂ ਕਰਕੇ ਸਮੇਂ ਨੂੰ ਗਵਾ ਲਿਆ, ਜਾਂ ਹੋਰ ਸੰਸਾਰ ਦੇ ਝਗੜਿਆਂ ਝਮੇਲਿਆਂ ਵਿੱਚ ਫਸਿਆ ਰਿਹਾ ਸਾਰਾ ਦਿਨ, ਤੇ ਜਦੋਂ ਐਸਾ ਮਨੁੱਖ ਅਗਲੇ ਅੰਮ੍ਰਿਤ ਵੇਲੇ ਉੱਠ ਕੇ ਬਹਿਗਾ, ਉਹਨੂੰ ਫਿਰ ਉਸ ਥਾਂ ਤੇ ਉਸ ਟੈਸਟ ਦੇ ਵਿੱਚ ਕੋਈ ਵੀ ਹਾਸਲ, ਕੋਈ ਵੀ ਪ੍ਰਾਪਤੀ ਨਹੀਂ ਹੋਵੇਗੀ, ਕਿਉਂਕਿ ਉਹਨੇ ਪਿਛਲਾ ਜਿਹੜਾ ਦਿਨ ਹੈ ਉਹ ਠੀਕ ਢੰਗ ਨਾਲ ਨਹੀਂ ਗੁਜ਼ਾਰਿਆ। ਸਤਿਗੁਰੂ ਨੇ ਬਾਣੀ ਵਿੱਚ ਇਸ ਸੰਬੰਧ ਵਿੱਚ ਬਚਨ ਕਹੇ, ਭਗਤ ਰਵਿਦਾਸ ਜੀ ਦਾ ਵੀ ਬਚਨ ਆਉਂਦਾ, ਔਰ ਬਾਬਾ ਫਰੀਦ ਜੀ ਦੀ ਬਾਣੀ ਦੇ ਅੰਦਰ ਵੀ ਇਹ ਬਚਨ ਆਉਂਦੇ ਨੇ। ਭਗਤ ਰਵਿਦਾਸ ਜੀ ਕਹਿੰਦੇ ਨੇ, ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਬ ਪਾਤ ਬਿਲਾਏ। ਸਭ ਤੋਂ ਪਹਿਲਾਂ ਬੂਟਾ ਉੱਗਦਾ, ਉਹਨੂੰ ਪੱਤੇ ਲੱਗਦੇ ਨੇ, ਪੱਤੇ ਤੋਂ ਬਾਅਦ ਫਿਰ ਫੁੱਲ ਲੱਗਦਾ, ਤੇ ਫੁੱਲ ਤੋਂ ਬਾਅਦ ਉਹਨੂੰ ਫਲ ਲੱਗਦਾ ਹੈ, ਜਿਵੇਂ ਅੰਬਾਂ ਨੂੰ ਬੂਰ ਲੱਗਦਾ ਹੈ। ਉਹ ਕਹਿੰਦੇ ਨੇ ਪੱਤਿਆਂ ਤੋਂ ਬਾਅਦ ਫੁੱਲ ਲੱਗਾ ਤੇ ਫੁੱਲ ਤੋਂ ਬਾਅਦ ਫਲ ਲੱਗਾ। ਜੇ ਪੱਤਾ ਠੀਕ ਸੀ, ਪੱਤੇ ਨੂੰ ਸੁੰਡੀ ਨਹੀਂ ਸੀ ਲੱਗੀ, ਕੀੜਾ ਨਹੀਂ ਸੀ ਲੱਗਾ, ਤੇ ਉਹਦਾ ਫੁੱਲ ਜਿਹੜਾ ਬਿਲਕੁਲ ਸਾਫ਼ ਆਏਗਾ, ਉਹਨੂੰ ਦਾਗ ਨਹੀਂ ਹੋਣਗੇ। ਤੇ ਜੇ ਫੁੱਲ ਸਾਬਤ ਭੱਜ ਗਿਆ ਕੀੜੇ ਤੋਂ, ਫਿਰ ਜਿਹੜਾ ਫਲ ਲੱਗੇਗਾ ਉਹ ਵੀ ਸਾਬਤ ਹੋਏਗਾ। ਤੇ ਜਿਉਂ ਜਿਉਂ ਅੱਗੇ ਫਲ ਤੱਕ ਜਾਏਗਾ, ਪੱਤੇ ਵੀ ਝੜਦੇ ਜਾਣਗੇ ਤੇ ਫੁੱਲ ਵੀ ਖਤਮ ਹੁੰਦਾ ਜਾਏਗਾ। ਇਸੇ ਤਰ੍ਹਾਂ ਜਿਹੜਾ ਸਿੱਖ ਨੇ ਜਾਂ ਕਿਸੇ ਵੀ ਵਿਅਕਤੀ ਗੁਰਮੁਖ ਨੇ ਆਪਣਾ ਜਿਹੜਾ ਦਿਨ ਦਾ ਕਾਰੋਬਾਰ ਵਿੱਚ ਜੀਵਨ ਜਿਉਣਾ, ਜਿਹਨੂੰ ਆਪਾਂ ਵਿਹਾਰ ਕਹਿੰਦੇ ਹਾਂ, ਸੰਸਾਰ ਦਾ ਕਾਰ ਵਿਹਾਰ ਕਰਨਾ, ਜੇ ਉਹਦਾ ਸਾਰੇ ਦਿਨ ਦਾ ਸ਼ੁੱਧ ਹੋਵੇਗਾ, ਉਹ ਸਮਝੋ ਪੱਤੇ ਉੱਗ ਰਹੇ ਨੇ। ਜੋ ਸ਼ੁੱਧ ਹੋਵੇਗਾ ਤੇ ਪੱਤੇ ਸਾਫ਼ ਨੇ, ਕਿਉਂਕਿ ਫਲ ਜਿਹੜਾ ਉਹ ਅੰਮ੍ਰਿਤ ਹੈ। ਗੁਰੂ ਸਾਹਿਬ ਨੇ ਕਿਹਾ ਉੱਥੇ ਅੰਮ੍ਰਿਤ ਵੰਡੀ ਹੈ, ਇੱਥੋਂ ਅੱਜ ਦਾ ਗੁਰੂ ਅੰਗਦ ਦੇਵ ਜੀ ਦਾ ਬਚਨ ਸ਼ੁਰੂ ਹੁੰਦਾ ਹੈ। ਉੱਥੇ ਦਾ ਅਰਥ ਉਸ ਅੰਮ੍ਰਿਤ ਵੇਲੇ ਵਿੱਚ ਅੰਮ੍ਰਿਤ ਦਾ ਫਲ ਵੰਡਿਆ ਜਾਂਦਾ, ਪਰ ਫਲ ਕਿਹਨਾਂ ਨੂੰ ਮਿਲੇਗਾ, ਜਿਹਨਾਂ ਦੇ ਪੱਤੇ ਪਹਿਲਾਂ ਹੈ। ਤਾਂ ਦਿਨੇ ਜਿਹੜੇ ਅਸੀਂ ਕਰਮ ਕਰਨੇ ਆ, ਸਵੇਰ ਤੋਂ ਲੈ ਕੇ ਸ਼ਾਮ ਤੱਕ, ਉਹਦੇ ਵਿੱਚ ਸਰੀਰ ਦੇ ਜਿੰਨੇ ਰਸ ਨੇ, ਵਿਹਾਰ ਹੈ, ਖਾਣਾ ਪੀਣਾ, ਕੰਮ ਕਰਨਾ, ਬੋਲਣਾ, ਝੂਠ ਸੱਚ, ਨਿੰਦਿਆ ਈਰਖਾ ਆਦਿਕ, ਜੇ ਇਹਨਾਂ ਤੋਂ ਕੋਈ ਮਨੁੱਖ ਆਪਣੇ ਅੰਤਿਸ਼ਕਰਨ ਨੂੰ ਬਚਾ ਲਏ, ਤਾਂ ਸ਼ਾਮ ਨੂੰ ਸੌਣ ਤੱਕ ਇੱਕ ਵਧੀਆ ਉਹਦੇ ਕੋਲ ਪੱਤੇ ਆ ਜਾਣਗੇ, ਤੇ ਸੰਭਾਵਨਾ ਬਣ ਜਾਏਗੀ ਕਿ ਅਗਲੇ ਅੰਮ੍ਰਿਤ ਵੇਲੇ ਇਹਨੂੰ ਅੰਮ੍ਰਿਤ ਦਾ ਫਲ ਮਿਲੇਗਾ। ਫਿਰ ਉਹਦੇ ਵਿੱਚੋਂ ਦਾਤ ਮਿਲਣ ਦੀ ਸੰਭਾਵਨਾ ਹੈ। ਇਹ ਗੁਰਸਿੱਖ ਦਾ ਪ੍ਰੈਕਟੀਕਲ ਜੀਵਨ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਫਲ ਲਾਗਾ ਤਬ ਫੂਲ ਬਿਲਾਏ, ਤੇ ਜਦੋਂ ਅੰਮ੍ਰਿਤ ਵੇਲਾ ਆਉਣਾ ਉਦੋਂ ਫੁੱਲ ਨਹੀਂ ਹੋਣੇ, ਉੱਥੇ ਉਦੋਂ ਕਰਮ ਨਹੀਂ ਹੈ, ਉਦੋਂ ਪ੍ਰੇਮ ਹੈ। ਜਦੋਂ ਅੰਮ੍ਰਿਤ ਵੇਲਾ ਆਏਗਾ ਨਾ, ਜਦੋਂ ਬੱਚਾ ਟੈਸਟ ਦੇਗਾ, ਨਾਲ ਬੈਗ ਨਹੀਂ ਲੈ ਕੇ ਜਾਏਗਾ ਕਿਤਾਬਾਂ ਵਾਲਾ, ਉੱਥੇ ਕੋਈ ਹੋਰ ਚੀਜ਼ ਨਹੀਂ, ਉਹਦੇ ਕੋਲ ਇੱਕ ਸਿਰਫ ਕਲਮ ਹੈ, ਪੈਨ ਹੈ ਤੇ ਕਾਗਜ਼, ਉਹਨੇ ਸਿਰਫ ਲਿਖਣਾ ਹੈ। ਅੰਮ੍ਰਿਤ ਵੇਲਾ ਕੀ ਹੈ? ਉਹ ਤੇ ਫਲ ਮਿਲਣ ਦਾ ਵਕਤ ਹੈ। ਇਸ ਲਈ ਜਦੋਂ ਅੰਮ੍ਰਿਤ ਵੇਲੇ ਗੁਰਸਿੱਖ
जागदा है उदों जपदा है कमाई करदा है उदों उहदे नाल कोई कर्म नहीं। इको एक ऐसा कर्म है जिहनूं कर्म कांड विच नहीं जोड़ सकते आपां अमृत वेला जिहड़ा है, बाकी सारे कर्म कांड दिने जो कुछ करांगे वह कर्म धर्म विच आउंदा है, पर अमृत वेला जिहड़ा है वह कर्म विच नहीं आउंदा, वह प्रेम विच आउंदा, प्रेम कर्म नहीं हुंदा। प्रेम दे अर्थ ने, कर्म दे अर्थ ने, असी कुछ कर रहे हैं ते उहदी वापसी मंग रहे हैं वी असी ये कीता है सानू इहदे वापस कुछ मिल जाए। प्रेम दे अर्थ ने जो सिर्फ किया जा रहा उहदी वापसी नहीं मंगी जा रही, उहदे बारे अंदर चाहत कोई नहीं, उहदे विच चाहिया कुछ नहीं जा रहा, उहनूं प्रेम कहिंदे ने। प्रेम शुरू ही उत्थों हुंदा है जिथे बंदे दी इच्छा समाप्त हो जाए। जो कुछ उह कर रहा है, भावें वह जप रहा है, भावें सेवा कर रहा है, कीर्तन है, जो भी कर रहा है संसार दे विच, जो कुछ वह कर रहा है उस कर्म की उन्हें वापसी की कोई भी तमन्ना नहीं, अंदर कोई उन्हें परवाह नहीं कि वापस विच कुछ मिलेगा। जिवें एक जुआरी जुआ खेडता है, वह दाँ ते लाई जा रहा जिंदगी नूं, अपने धन नूं दाँ ते ला दिंदा, उन्हें यह नहीं पता वापस मिलेगा कि नहीं। प्रेम का अर्थ ता ही गुरु साहब ने कहा भी परमात्मा मिलेगा ही ता जे प्रेम किया है, क्योंकि जिन्ना चिर इच्छा नाल नाम जपया जाए उन्ना चिर नाम अंदर नहीं टिकदा। यह गल ख्याल विच रखना, जिन्ना चिर इच्छा दे विच पै के नाम जपया जाए ना, आदमी कुछ चाहता है उहदे विच चाहत है, भावें वह संसार दी है भावें किवें दी है, ਤਾਂ ਉਹਦੇ ਵਿੱਚ ਜਿਹੜੀ ਇੱਛਾ ਨਾਲੋਂ ਨਾਲ ਉਹਨੂੰ ਡਿਲੀਟ ਕਰੀ ਜਾਏਗੀ, ਜਿਹੜੀ ਸ਼ਕਤੀ ਅੰਦਰ ਆਏਗੀ ਨਾਮ ਦੀ। ਜਿੰਨਾ ਕੁ ਅਸੀਂ ਜਪਿਆ ਇੱਛਾ ਜਾਗੀ, ਇੱਛਾ ਇੱਕ ਤ੍ਰਿਸ਼ਨਾ ਨੂੰ ਅੱਗ ਕਿਹਾ ਗੁਰੂ ਸਾਹਿਬ ਨੇ ਬਾਣੀ ਵਿੱਚ, ਤ੍ਰਿਸ਼ਨਾ ਇੱਕ ਅਗਨੀ ਹੈ। ਤਾਂ ਜਦੋਂ ਉਹਦਾ ਅੰਦਰ ਕੁਝ ਨਾ ਕੁਝ ਸ਼ਬਦ ਦਾ ਰਸ ਬਣਨਾ ਸ਼ੁਰੂ ਹੁੰਦਾ ਹੈ, ਨਾਲੋਂ ਨਾਲ ਅੱਗ ਬਲਦੀ ਹੈ ਤ੍ਰਿਸ਼ਨਾ ਦੀ। ਕੁਝ ਚਾਹੁੰਦਾ ਹੈ ਮਨੁੱਖ, ਉਸ ਚਾਹਤ ਵਿੱਚ ਉਹ ਬੀਜ ਨਾਲੋਂ ਨਾਲ ਨਸ਼ਟ ਹੁੰਦਾ ਜਾਂਦਾ ਹੈ, ਇਸ ਲਈ ਅੱਗੇ ਉੱਗਣ ਦੀ ਕੋਈ ਸੰਭਾਵਨਾ ਨਹੀਂ। ਤਾਂ ਗੁਰੂ ਸਾਹਿਬ ਨੇ ਪ੍ਰੇਮ ਕਿਉਂ ਕਿਹਾ? ਪ੍ਰੇਮ ਦੇ ਅਰਥ ਨੇ ਕਿ ਪ੍ਰੇਮ ਕਰ ਤਾਂ ਥਾਂ ਪਏਗਾ, ਪ੍ਰੇਮ ਦੇ ਅਰਥ ਹੁੰਦੇ ਨੇ ਕਰੀ ਜਾਣਾ, ਕੋਈ ਚਾਹਤ ਨਹੀਂ, ਭਾਵੇਂ ਸਾਰੀ ਜ਼ਿੰਦਗੀ ਲੱਗ ਜਾਏ, ਭਾਵੇਂ ਕਈ ਜਨਮ ਲੱਗ ਜਾਣ, ਕੋਈ ਮੰਗ ਹੈ ਹੀ ਕੋਈ ਨਹੀਂ। ਤਾਂ ਕਿਹਾ ਹਜ਼ੂਰ ਕਲਗੀਧਰ ਪਾਤਸ਼ਾਹ ਨੇ ਕਿ ਸਾਚ ਕਹੂੰ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਪ੍ਰੇਮ ਵਿੱਚ ਬੰਦਾ ਮੰਗਦਾ ਕੁਝ ਨਹੀਂ ਵਾਪਸੀ, ਨਾ ਕੋਈ ਮਾਇਆ ਉਹਦੇ ਵਿੱਚ, ਕੁਝ ਵੀ ਨਹੀਂ ਮੰਗਿਆ ਜਾਂਦਾ। ਇਸ ਕਰਕੇ ਗੁਰੂ ਸਾਹਿਬ ਨੇ ਗੁਰਸਿੱਖ ਨੂੰ ਇੱਕ ਇਸ ਤਰ੍ਹਾਂ ਦਾ ਕਰਮਧਾਰੀ ਬਣਾਇਆ ਹੈ, ਕਰਮਸ਼ੀਲ ਵਿਅਕਤੀ ਜਿਹੜਾ ਕਰਮ ਕਰੀ ਜਾਂਦਾ ਹੈ ਪਰ ਚਾਹੁੰਦਾ ਕੁਝ ਨਹੀਂ, ਜਿਹਨੂੰ ਸੁਖਮਣੀ ਸਾਹਿਬ ਵਿੱਚ ਸੱਚੇ ਪਾਤਸ਼ਾਹ ਨੇ ਕਿਹਾ ਕਿ ਕਰਮ ਕਰਤ ਹੋਵੇ ਨਿਹ ਕਰਮ, ਕਰਮ ਕਰੀ ਵੀ ਜਾਂਦਾ ਹੈ ਪਰ ਉਸ ਕਰਮ ਦੇ ਤਬਾਦਲੇ ਵਿੱਚ ਮੰਗਦਾ ਵੀ ਕੁਝ ਨਹੀਂ। ਇਸ ਤਰ੍ਹਾਂ ਜਦੋਂ ਕੋਈ ਵੀ ਕਰਮ ਕਰਾਂਗੇ ਤੇ ਮਨੁੱਖ ਦਾ ਮਨ ਅੰਦਰੋਂ ਜਿਹੜਾ ਹੈ ਉਹ ਅੰਦਰੋਂ ਖਾਲੀ ਹੁੰਦਾ ਜਾਏਗਾ, ਖਾਲੀ ਨਹੀਂ ਹੋਏਗਾ, ਜੋ ਕੁਝ ਗਲਤ ਭਰਿਆ ਹੋਇਆ ਉਹ ਨਿਕਲਦਾ ਜਾਏਗਾ, ਜਿਹਦੀ ਕੋਈ ਲੋੜ ਨਹੀਂ ਸੀ, ਜਿਹਨੂੰ ਆੜ ਕਬਾੜ ਕਹਿ ਸਕਦੇ ਹਾਂ, ਜਿਸ ਨੂੰ ਕੂੜਾ ਕਰਕਟ ਕਹਿ ਸਕਦੇ ਹਾਂ ਜ਼ਿੰਦਗੀ ਦਾ, ਜਿਹੜੀ ਸਵੱਛ ਚੀਜ਼ ਸੀ ਅੰਦਰ, ਆਤਮ ਦਰਸ਼ਨ ਕਹਿ ਲਈਏ, ਉਸਨੂੰ ਅੰਮ੍ਰਿਤ ਕਹਿ ਲਈਏ, ਸ਼ਬਦ ਕਹਿ ਲਈਏ, ਨਾਮ ਕਹਿ ਲਈਏ, ਅੰਦਰ ਉਹ ਹੀ ਟਿਕਣ ਵਾਸਤੇ ਥਾਂ ਬਣਿਆ ਸੀ। ਬੰਦੇ ਦਾ ਮਨ ਪਰੇਸ਼ਾਨ ਹੀ ਤਾਂ ਇਹਨੇ ਵਾਧੂ ਬੜਾ ਗੁੱਜ ਚੁੱਕ ਲਿਆ ਹੈ। ਤੁਸੀਂ ਦੇਖੋਗੇ ਨਾ ਕਿ ਕਿਸੇ ਮਨੁੱਖ ਦੇ ਅੰਦਰ ਇਹ ਯੋਗਤਾ ਹੋਵੇ ਵੀ ਉਹ 40 ਕਿਲੋ ਵਜ਼ਨ ਚੁੱਕ ਸਕਦਾ ਹੈ, ਤੇ ਉਹ ਚੁੱਕ ਲਵੇ ਆਪਣੇ ਸਿਰ ਦੇ ਉੱਤੇ 60 ਕਿਲੋ 80 ਕਿਲੋ, ਤੇ ਜਦੋਂ ਤੁਰੇਗਾ ਪਸੀਨਾ ਉਹਦੇ ਸਰੀਰ ਤੇ ਆਵੇਗਾ, ਚਿਹਰਾ ਉਹਦਾ ਜਿਹੜਾ ਉਹ ਦੱਸ ਦਏਗਾ ਵੀ ਬੜਾ ਪਰੇਸ਼ਾਨ ਹੈ, ਉਹਦਾ ਸਰੀਰ ਥੱਕ ਜਾਏਗਾ। ਤੇ ਅੱਜ ਦਾ ਖਾਸ ਕਰਕੇ ਮਨੁੱਖ ਪਰੇਸ਼ਾਨ ਹੀ ਤਾਂ ਹੈ, ਥੱਕੇ ਤਾਂ ਹੋਇਆ, ਦੁਖੀ ਹੀ ਤਾਂ ਹੈ ਕਿ ਉਹਨੇ ਇੰਨਾ ਬੋਝ ਆਪਣੇ ਸਿਰ ਤੇ ਚੁੱਕ ਲਿਆ ਜਿਹੜਾ ਉਹਦਾ ਆਪਣਾ ਹੈ ਹੀ ਨਹੀਂ ਸੀ, ਉਹਦੀ ਕੋਈ ਜ਼ਰੂਰਤ ਨਹੀਂ ਸੀ, ਉਹਨੂੰ ਵਾਧੂ ਅੰਦਰ ਉਹਨੇ ਵਲੇਟ ਲਿਆ। ਤਾਂ ਜਿਉਂ ਜਿਉਂ ਨਾਮ ਅੰਦਰ ਵੱਸਦਾ ਹੈ ਤਾਂ ਉਹ ਅੰਦਰਲੀ ਗੰਦਗੀ ਨੂੰ ਕੱਢਣਾ ਸ਼ੁਰੂ ਕਰ ਦਿੰਦਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਦਰੋਂ ਮੈਲ ਨੂੰ ਕੱਢੇਗਾ, ਅੰਦਰੋਂ ਉਹਨੂੰ ਧੋਣਾ ਸ਼ੁਰੂ ਕਰ ਦੇਗਾ, ਅੰਦਰ ਨੂੰ ਖਾਲੀ ਕਰਨਾ ਸ਼ੁਰੂ ਕਰ ਦੇਗਾ। ਤੇ ਜਿਉਂ ਜਿਉਂ ਅੰਦਰ ਖਾਲੀ ਹੋਏਗਾ ਬੰਦੇ ਨੂੰ ਪਤਾ ਲੱਗੇਗਾ ਜਿਹੜਾ ਸੁੱਖ ਪਦਾਰਥ ਵਿੱਚੋਂ ਨਹੀਂ ਸੀ ਮਿਲਦਾ
ਉਹ ਨਾਮ ਵਿੱਚੋਂ ਮਿਲਣਾ ਸ਼ੁਰੂ ਹੋ ਗਿਆ। ਇਸ ਲਈ ਬੇਨਤੀ ਕਰ ਰਿਹਾ ਸੀ ਕਿ ਫਲ ਲਾਗਾ ਤਬ ਫੂਲ ਬਿਲਾਏ। ਇਸ ਤਰ੍ਹਾਂ ਉਸ ਅੰਮ੍ਰਿਤ ਵੇਲੇ ਵਿੱਚ ਅੰਮ੍ਰਿਤ ਪਾਇਆ ਜਾਂਦਾ ਹੈ। ਜਿਹੜਾ ਮਨੁੱਖ ਆਪਣੇ ਸਾਰੇ ਦਿਨ ਨੂੰ ਸ਼ੁਭ ਕਰ ਲੈਂਦਾ ਹੈ, ਭਾਵ ਆਪਣੇ ਕਰਮਾਂ ਨੂੰ ਠੀਕ ਕਰ ਲੈਂਦਾ, ਉਸ ਨੂੰ ਗੁਰੂ ਅੰਗਦ ਦੇਵ ਜੀ ਨੇ ਕਿਹਾ, ਸੱਤੀ ਪਹਿਰੀ ਸੱਤ ਭਲਾ ਬਹੀਐ ਪੜਿਆ ਪਾਸ। ਮੈਂ ਥੋੜ੍ਹੀ ਜਿਹੀ ਵਿਆਖਿਆ ਦੀ ਹੋਰ ਕਰਾਂਗਾ, ਕਿਉਂਕਿ ਆਧਾਰ ਹੈ ਬੰਦੇ ਦੇ ਕਰਮ ਜਿਹੜੇ ਨੇ, ਜੀਵਨ ਵਿੱਚ ਕਰਮ ਕਰਦਾ ਨਾ ਜਿਹੜੇ। ਅਸੀਂ ਜਿਹੜਾ ਫੀਲਡ ਵਿੱਚ ਜ਼ਿੰਦਗੀ ਵਿੱਚ ਜਿਉਂਦੇ ਹਾਂ, ਕੰਮ ਕਾਰ ਕਰਨੇ ਹਾਂ, ਅਸੀਂ ਰਿਸ਼ਤੇਦਾਰੀਆਂ ਵਿੱਚ ਵਰਤਨੇ ਹਾਂ, ਵਿਆਹ ਸ਼ਾਦੀਆਂ ਵਿੱਚ ਵਰਤਨੇ ਹਾਂ, ਸਮਾਜ ਵਿੱਚ ਜਾਂਦੇ ਹਾਂ, ਦੁਕਾਨ ਹੈ, ਵਾਹੀ ਖੇਤੀ ਹੈ, ਬਿਜ਼ਨਸ ਹੈ, ਕਿੰਨਾ ਕੁਝ ਹੈ। ਗੁਰੂ ਸਾਹਿਬ ਨੇ ਕਿਹਾ ਸਭ ਤੋਂ ਪਹਿਲਾਂ ਉਹਨੂੰ ਸ਼ੁੱਧ ਕਰ, ਜੇ ਉਹਦੇ ਵਿੱਚ ਝੂਠ ਹੈ ਤੇ ਅੰਮ੍ਰਿਤ ਵੇਲੇ ਉਸ ਫਲ ਦੀ ਆਸ ਨਾ ਕਰੀ ਜਿਹਨੂੰ ਗੁਰੂ ਅੰਗਦ ਦੇਵ ਜੀ ਕਹਿ ਰਹੇ ਨੇ ਉੱਥੇ ਅੰਮ੍ਰਿਤ ਵੰਡੀਏ। ਪਹਿਲਾਂ ਉਹਨੂੰ ਠੀਕ ਕਰ, ਉਹਦੇ ਵਿੱਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ, ਉਹਦੇ ਵਿੱਚ ਸ਼ੁੱਧਤਾ ਹੋਣੀ ਚਾਹੀਦੀ ਹੈ। ਤਾਂ ਉਹਦੇ ਬਾਰੇ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਸੱਤੀ ਪਹਿਰੀ, ਸੱਤੀ ਪਹਿਰੀ ਦਾ ਅਰਥ ਹੈ ਚੌਵੀ ਘੰਟਿਆਂ ਦੇ ਸੱਤ ਪੈਰ। ਇੱਕ ਤਾਂ ਕੱਢ ਦਿੱਤਾ ਅੰਮ੍ਰਿਤ ਵੇਲੇ ਵਾਲਾ, ਉਹ ਤੇ ਸਵੇਰ ਦੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਇੱਕ ਸਾਈਡ ਤੇ ਕਰ ਦਿੱਤਾ, ਬਾਕੀ ਬਚੇ 21 ਘੰਟੇ। ਹੁਣ 21 ਘੰਟਿਆਂ ਨੂੰ ਸ਼ੁੱਧ ਕਰਨਾ ਹੈ, ਉਹਨਾਂ ਨੂੰ ਛਾਨਣਾ ਹੈ, ਉਹਨਾਂ ਨੂੰ ਦੇਖਣਾ। ਹੁਣ ਇੱਥੇ ਅਸੀਂ ਕਹਾਂਗੇ ਵੀ ਇਹ ਤੇ ਸਾਰੀ ਪਾਬੰਦੀ ਲੱਗ ਗਈ ਜੀਵਨ ਤੇ, ਇਹ ਵੀ ਭੁਲੇਖਾ ਹੈ ਸਾਡੇ ਜੀਵਨ ਵਿੱਚ। ਅਸੀਂ ਕਹਿੰਦੇ ਹਾਂ ਤਾਂ ਹੀ ਇਹ ਵਿਚਾਰ ਬਣਿਆ ਵੀ ਇਹ ਤੇ ਬੜਾ ਵੱਡਾ ਤਿਆਗ ਹੈ, ਤੇ ਇਹਨੂੰ ਵੇਖ ਕੇ ਸਾਡੇ ਕਈ ਲੋਕਾਂ ਨੇ ਕਹਿ ਦਿੱਤਾ ਵੀ ਅਜੇ ਤੁਸੀਂ ਜਵਾਨ ਹੋ, ਜਵਾਨੀ ਵਿੱਚ ਧਰਮ ਨਹੀਂ ਕਮਾਇਆ ਜਾ ਸਕਦਾ, ਕਿਉਂਕਿ 21 ਘੰਟੇ ਪਾਬੰਦੀ ਲੱਗ ਗਈ ਜੀਵਨ ਤੇ। ਧਰਮ ਕੋਈ ਪਾਬੰਦੀ ਨਹੀਂ ਲਾਉਂਦਾ, ਕੋਈ ਪਾਬੰਦੀ ਨਹੀਂ ਧਰਮ ਦੇ ਅੰਦਰ। ਜੋ ਇਹਦੇ ਸਰੀਰ ਨੂੰ, ਇਹਦੇ ਮਨ ਨੂੰ ਜੋ ਜੋ ਕੁਝ ਚਾਹੀਦਾ ਉਹਦੀ ਖੁੱਲ ਗੁਰੂ ਸਾਹਿਬ ਨੇ ਬਾਣੀ ਵਿੱਚ ਦਿੱਤੀ ਹੈ। ਖਾਣ ਤੇ ਕੋਈ ਪਾਬੰਦੀ ਨਹੀਂ, ਹਾਂ ਇਹ ਦੱਸਿਆ ਖਾਣਾ ਕੀ ਹੈ, ਜਿਹੜਾ ਯੋਗ ਹੈ, ਜਿਹੜਾ ਤੇਰੀ ਇਨਸਾਨੀਅਤ ਨੂੰ ਮਾਰੇ ਨਾ, ਤੇਰੀ ਇਨਸਾਨੀਅਤ ਜਿੰਦਾ ਰਹੇ, ਤੇਰੇ ਵਿੱਚ ਦਇਆ ਬਣੀ ਰਹੇ, ਤੇਰੇ ਅੰਦਰ ਪਰ ਉਪਕਾਰ ਦੀ ਭਾਵਨਾ ਬਣੀ ਰਹੇ, ਖਾਣਾ ਤੂੰ ਉਹ ਹੈ। ਖਾਣ ਤੋਂ ਨਹੀਂ ਰੋਕਿਆ, ਪਰ ਇਹ ਕਿਹਾ ਉਹ ਚੀਜ਼ ਖਾ ਜਿਹੜੀ ਬੰਦੇ ਵਾਸਤੇ ਬਣੀ ਹੈ, ਜਿਹੜੀ ਪਸ਼ੂਆਂ ਵਾਸਤੇ ਬਣੀ ਉਹ ਨਾ ਖਾ ਤੂੰ, ਜਿਹੜੀ ਤੇਰੇ ਵਾਸਤੇ ਬਣੀ ਹੈ ਇਹਨੂੰ ਖਾ ਕੇ ਵੇਖ। ਔਰ ਨਾ ਉਹਨਾਂ ਨੇ ਵੇਖਣ ਤੋਂ ਰੋਕਿਆ, ਪਰ ਕਿਹਾ ਵੀ ਵੇਖ ਧਿਆਨ ਨਾਲ, ਜੁਗਤ ਨਾਲ ਦੇਖ, ਉਹ ਅੱਖ ਮੰਗ ਗੁਰੂ ਤੋਂ ਕਿਵੇਂ ਸੰਸਾਰ ਨੂੰ ਵੇਖਣਾ। ਸੁਣਨ ਤੋਂ ਵੀ ਨਹੀਂ ਰੋਕਿਆ, ਪਰ ਸੁਣਨ ਦੀ ਜਾਂਚ ਦੱਸੀ ਕੀ ਸੁਣਨਾ ਹੈ। ਇਹ ਜ਼ਿੰਦਗੀ ਨੂੰ ਸ਼ੁੱਧ ਕਰਨ ਦੇ ਤਰੀਕੇ ਨੇ ਸਾਰੇ। ਇਹ ਇਸ ਨੂੰ ਆਪਾਂ ਕਹਿ ਲਵਾਂਗੇ ਮਰਿਆਦਾ। ਮਰਿਆਦਾ ਦੇ ਅਰਥ ਇਹ ਬਣਦੇ ਨੇ ਕਿ ਆਪਣੇ ਸੱਤ ਪਹਿਰਾਂ ਨੂੰ ਚੰਗੀ ਤਰ੍ਹਾਂ ਸੈਟਿੰਗ ਵਿੱਚ ਲੈ ਆਉਣਾ, ਠੀਕ ਸਿੰਬਲ ਕਰਨਾ, ਠੀਕ ਥਾਂ ਤੇ ਲਾਉਣਾ, ਜਿਹੜੇ ਕੰਮ ਵਾਸਤੇ ਜਿਹੜਾ ਸਰੀਰ ਦਾ ਇੰਦਰਾ ਮਿਲਿਆ, ਰਸ ਮਿਲਿਆ, ਉਹਨੂੰ ਹੱਦ ਬੰਨੀ ਵਿੱਚ ਲੈ ਆਉਣਾ, ਸੰਜਮ ਦੇ ਵਿੱਚ ਲੈ ਆਉਣਾ। ਗੁਰੂ ਸਾਹਿਬ ਨੇ ਕਿਸੇ ਵੀ ਪਦਾਰਥ ਦੇ ਬਿਲਕੁਲ ਤਿਆਗ ਦੀ ਗੱਲ ਨਹੀਂ ਕੀਤੀ ਗੁਰਬਾਣੀ ਦੇ ਵਿੱਚ। ਗੁਰੂ ਸਾਹਿਬ ਨੇ ਹਰ ਇੱਕ ਸਰੀਰ ਦੀ ਸ਼ਕਤੀ ਨੂੰ ਕਿਸੇ ਕੰਟਰੋਲ ਵਿੱਚ, ਕਿਸੇ ਸੰਜਮ ਵਿੱਚ ਲਿਆਉਣ ਦੀ ਗੱਲ ਕੀਤੀ, ਤੇ ਮਰਿਆਦਾ ਦੇ ਅਰਥ ਹੀ ਸੰਜਮ ਬਣਦੇ ਨੇ। ਸੰਜਮ ਤੋਂ ਬਿਨਾਂ ਤਾਂ ਇਹ ਸਰੀਰ ਦੇ ਭੋਗ ਜਿਹੜੇ ਨੇ, ਇਹ ਰਸ ਤੇਰੇ ਜੀਵਨ ਨੂੰ ਬਰਬਾਦ ਕਰ ਦੇਣਗੇ। ਵੇਖ ਇੱਕ ਅਗਨੀ ਹੈ ਤੇ ਘਰ ਦੇ ਵਿੱਚ ਅੱਗ ਹੈ, ਸਿਲੰਡਰ ਵਿੱਚ ਗੈਸ ਬੰਦ ਹੈ, ਲਾਈਟਰ ਦੇ ਵਿੱਚ ਉਹਦੀ ਚੰਗਿਆੜੀ ਬੰਦ ਹੈ। ਹੁਣ ਉਹ ਜਿਹੜੀ ਅੱਗ ਹੈ ਨਾ ਸੰਜਮ ਦੇ ਵਿੱਚ, ਅੱਗ ਹੈ ਘਰ ਵਿੱਚ ਪਰ ਕੰਟਰੋਲ ਵਿੱਚ ਹੈ, ਹੱਦ ਵਿੱਚ, ਮਰਿਆਦਾ ਵਿੱਚ, ਸੰਜਮ ਵਿੱਚ ਹੈ। ਹੁਣ ਉਹ ਸੰਜਮ ਦੇ ਵਿੱਚ ਆਈ ਹੋਈ ਅੱਗ ਦੇ ਨਾਲ ਕਿੰਨੀ ਪ੍ਰਕਾਰ ਦੇ ਪਦਾਰਥ ਆਪਾਂ ਤਿਆਰ ਕਰ ਸਕਦੇ ਹਾਂ। ਜਦੋਂ ਉਹ ਚੁੱਲ੍ਹੇ ਤੇ ਤਵਾ ਰੱਖ ਕੇ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ, ਉਦੋਂ ਵੀ ਸੰਜਮ ਹੱਥ ਵਿੱਚ ਹੈ ਵੀ ਕਿੰਨੀ ਅੱਗ ਇਹਨੂੰ ਦੇਣੀ, ਕਿੰਨੀ ਅੱਗ ਖੋਲਣੀ ਹੈ। ਜੇ ਉਹ ਅਗਨੀ ਤਵੇ ਦੇ ਥੱਲੇ ਰਹੇਗੀ, ਪ੍ਰਸ਼ਾਦਾ ਠੀਕ ਪੱਕੇਗਾ, ਯੋਗਤਾ ਬਣੀ ਰਹੇਗੀ ਉਹਦੀ। ਜੇ ਉਹ ਅੱਗ ਬੇਕਾਬੂ ਹੋ ਗਈ, ਬੇਤਰਤੀਬ ਹੋ ਗਈ, ਉਹਨੂੰ ਜ਼ਿਆਦਾ ਖੋਲ ਦਿੱਤਾ, ਅੱਗ ਤਵੇ ਦੇ ਕੰਢਿਆਂ ਤੋਂ ਬਾਹਰਲੇ ਪਾਸੇ ਆ ਕੇ ਉਹ ਉੱਪਰ ਤੱਕ ਆਉਣੀ ਸ਼ੁਰੂ ਹੋ ਗਈ,
जिस अग ने प्रशादे नूं ठीक पकाउणा सी उहने साड़ के सुवाह कर दिता, उहदे सारे तत् ही खत्म कर दिते। इसे तरह माया जिहड़ी है उहनूं गुरु साहिब ने छड्डण दी गल नहीं कीती। संसार दे पदार्थां नूं, शरीर दे जिहड़े रस ने, उहनां नूं छड्डण दी गल नहीं कीती, उहनां नूं उस अग नूं तवे दे थले रखण दी गल कीती है। इहनूं संजम विच लिया, जिन्नी कोई दी जरूरत है उन्नी कोई वरतों कर, इहनूं बेतरतीब ना वरत, जिन्नी लोड़ है उन्नी वरत लै, बाकी दी शक्ति अंदर शब्द विच ला दे, फिर वह शब्द तेनू रंग दिखाएगा। हुण अंदर शक्ति तो है को नहीं, शब्द की करेगा, ताकत तो सारा दिन गवा दी, सवेर तो शाम तक आदमी बेहताशा बोलता ही गया, इन्ना बोलिया कि जो सवेर तो शाम तक उन्हूं जोड़ के वेखे, तो जो लगातार बाणी पढ़े, तो 5 घंटे बाणी पढ़े, तो उधर बोलन नूं जोड़े, तो 5 घंटे लगातार बोलता रहा है। हुण जिहड़ी ताकत सी ना अंदर, जिन्हें बाणी का रस बनाना सी, उहदे बोलन विच गवाच गई, जो मूँह विच आया बोली गया सारा दिन, वह जदों बोलन विच गवाच गई, तो फिर बंदा बाणी पढ़ता, फिर तिस तरह जिवें बिल्कुल कोई काम करता, जिवें उहदा टायर स्लिप करी जांदा, पहुंचना किते भी नहीं है। जिवें कोहलू दा बैल, गुरु साहिब ने उदाहरणां भी दित्तियां ने, बई कोहलू दा जां हरट दा जिहड़ा बैल बलद है, सवेरे उहनूं जिथों जांदे ने उहदे अखां ते उह खोपे चाड़ देंदे ने, शाम नूं जदों उहदा जूला लाउंदे ने, जिथों उह तुरिया सी उत्थे उहदा जूला लैंदा, किते पहुंचदा नहीं, पर तुरदा सारा दिन रहिंदा है, किते नहीं पहुंचदा, सारा दिन तुरिया पर पहुंचिया किते नहीं, अजे वह फिर भी किते पहुंच गया। चल उहने कोई 1-2 एकड़ जिहड़ी जमीन सी उहदे विच पाणी ते भर दिता तोर तोर के, पर बंदा सवेर तो शाम तक तुरिया, इन्हें कई विच धार्मिक कर्म भी किते, जपया भी बड़ा कुछ, पर उस जपण ने किते पहुंचाया कोई ना, क्यों? क्योंकि जिस ताकत ने अंदर टिका बनाउणा सी, उह सारा दिन जो कुछ मूँह विच आया ऊल जलूल सीधा पुठा सारा दिन बोली गया, उहदा कोई कंट्रोल नहीं। धर्म दे अर्थ संजम ने ख्याल रखना। इह एक बाहरला हिस्सा है कि असी कोई किसे रंग दे कपड़े पाए ने, जरूरी है ने, जां असी पग इधर दी बन्नी, जां असी किसे ने अपने धर्म दे चिन्ह पाए ने, असी कोई होर पा लै, एक हिस्सा है बड़ा जरूरी धर्म दा, इहदे तों बिना अंदर दा धर्म समझ नहीं आएगा। पर इत्थे धर्म की समाप्ति ना समझना, जिन्हों असी समझ लिया है, धर्म अगों शुरू हुंदा है कि हुण शरीर दीयां जिन्नियां शक्तियां ने उहनां दी योग वरतों करनी हद दे अंदर। इसे तरह गुरु साहिब ने कहा, सत्ती पहरी सत भला, सत दे अर्थ ने उच्चा जीवन, उच्चा आचरण, बहिया पढ़िया पास, ते उस उच्चे जीवन की समझ तां आवेगी जे तू पढ़े हुए लोगों के कोल बैठेगा। हुण इत्थे पढ़िया दे अर्थ की हो सकते ने, कि जिन्हां ने कोई संसारिक डिग्री ली है, जां जिन्हां दे कोल कोई होर मैडिकल की डिग्री है, जां वह होर किसी ढंग दे नाल पढ़े हुए ने। इत्थे पढ़िया दे अर्थ ने जिन्हां ने परमात्मा दे प्रेम रूपी अखरां नूं पढ़ लिया है, परमात्मा दे प्रेम नूं जिन्हां ने पढ़िया, उन्हां दी संगत कर, उन्हां कोल बैठेगा ते तेनू जीवन की जुगत की समझ आएगी। गुरमत का एक बहुत महत्वपूर्ण ये विशा है कि धर्म की समझ जिहड़ी है वह सोचन समझन नाल सुनन नाल इन्नी नहीं आती जिन्नी धार्मिक लोगों की सोबत विच बैठन नाल आती है, प्रभाव पैंदा है। मनुख का मन जिहड़ा है संगत नूं बड़ा कबूल करता है। तुसी कदी देखो, एक आदमी बिल्कुल जागदा है, सुचेत है, ते उहदे नाल दूजा आके बंदा बैठ गया, उन्हें उंगणा शुरू कर दिता, अखां बंद करनिया शुरू कर दित्तियां, कदी इधर नूं डिग्गिया, कदी इधर नूं, ते जिहड़ा बिल्कुल सुचेत सी, जिन्हूं नींद नहीं सी आई, 2-4 मिंट उहने उहदे वल वेख्या, उहनूं वी नींद आउणी शुरू हो गई, बोले दोवें नहीं हन। एक आदमी नूं नींद आउंदी है ते दूसरे नूं वेख के नींद क्यों आउंदी है? क्योंकि हर एक बंदे दे शरीर की जिहड़ी शक्ति है वह दूसरे नाल खह रही है, बाहर निकल निकल के एक दूजे नाल उह रलदी जा रही है।
ਤੁਸੀਂ ਹੋਰ ਧਿਆਨ ਨਾਲ ਵੇਖਣਾ, ਕਈ ਵਾਰੀ ਬੰਦੇ ਦਾ ਮਨ ਭੋਜਨ ਛਕਣ ਨੂੰ, ਪ੍ਰਸ਼ਾਦਾ ਛਕਣ ਨੂੰ ਬਿਲਕੁਲ ਨਹੀਂ ਹੁੰਦਾ, ਪਰ ਉਹ ਕਿਸੇ ਆਦਮੀ ਨੂੰ ਭੋਜਨ ਛਕਦੇ ਨੂੰ ਵੇਖੇਗਾ ਜਿਹੜਾ ਬੜੇ ਸਵਾਦ ਨਾਲ ਰੋਟੀ ਖਾ ਰਿਹਾ ਹੈ, ਤੇ ਵਹਿੰਦਿਆਂ ਵਹਿੰਦਿਆਂ 2-4 ਮਿੰਟਾਂ ਵਿੱਚ ਉਹਦੇ ਮੂੰਹ ਵਿੱਚ ਪਾਣੀ ਆਉਣਾ ਸ਼ੁਰੂ ਹੋ ਜਾਏਗਾ ਖਾਣ ਵਾਸਤੇ। ਉਹਦਾ ਕੀ ਕਾਰਨ ਹੈ? ਉਹ ਧਿਆਨ ਦੇ ਰਾਹੀਂ ਉਹਦੀ ਸੰਗਤ ਦਾ ਅਸਰ ਪੈ ਰਿਹਾ ਹੈ। ਗੁਰੂ ਸਾਹਿਬ ਨੇ ਜਿਹੜਾ ਬਚਨ ਕਿਹਾ ਕਿ ਸਾਧ ਕੈ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ, ਜਿਹਦੇ ਅੰਦਰ ਸ਼ਬਦ ਵਸ ਗਿਆ ਉਹਦੇ ਕੋਲ ਬਹਿ ਕੇ ਸਵਾਲ ਜਵਾਬ ਦੀ ਵੀ ਜ਼ਰੂਰਤ ਕੋਈ ਨਹੀਂ। ਅਸਲ ਵਿੱਚ ਬਹਿਣ ਨਾਲ ਜੋ ਕੁਝ ਉਹ ਪਿਆ ਛਕਦਾ ਅੰਦਰੋਂ, ਜੇ ਬਹਿਣ ਦੀ ਜਾਚ ਆ ਗਈ, ਜੇ ਓਰਾ ਮਿਲ ਗਿਆ ਆਪਸ ਵਿੱਚ ਤਾਂ ਹੋਵੇਗਾ, ਨਹੀਂ ਤੇ ਉੱਥੇ ਵਾਪਰਦਾ ਨਹੀਂ ਹੈ। ਜੇ ਉੱਥੇ ਦੋਵਾਂ ਦਾ ਮਿਲਾਪ ਹੋ ਗਿਆ, ਉਹ ਸਮਰਪਿਤ ਵਿਅਕਤੀ ਹੋਇਆ, ਤਾਂ ਫਿਰ ਉਹ ਜਿਹੜਾ ਗੁਰਮੁਖ ਹੈ, ਜਿਹੜਾ ਨਾਮ ਦੀਆਂ ਤਰੰਗਾਂ ਉਹਦੇ ਵਿੱਚ ਵਹਿੰਦੀਆਂ ਨੇ ਪਈਆਂ, ਉਸ ਦੂਸਰੇ ਆਦਮੀ ਤੇ ਅਸਰ ਕਰਨਗੀਆਂ, ਉਹਨੂੰ ਵੀ ਰਸ ਆਉਣਾ ਸ਼ੁਰੂ ਹੋ ਜਾਏਗਾ। ਇਹਨੂੰ ਸਾਧ ਸੰਗਤ ਕਹਿੰਦੇ ਨੇ। ਇਹਨੂੰ ਕਹਿੰਦੇ ਨੇ ਸਾਧ ਸੰਗਤ ਦੇ ਅਰਥ ਬਹੁਤੇ ਲੋਕ ਨਹੀਂ ਖਿਆਲ ਰੱਖਣਾ। ਸਾਧ ਸੰਗਤ ਉੱਥੇ ਵੀ ਹੈ ਜਿੱਥੇ ਦੋ ਸਰੀਰ ਇਕੱਠੇ ਹੋ ਗਏ, ਇੱਕ ਸਿੱਖ ਦੋਏ ਸਾਧ ਸੰਗ। ਇਸ ਕਰਕੇ ਸੱਤੀ ਪਹਿਰੀ ਸਤ ਭਲਾ ਬਈਐ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਐ। ਫਿਰ ਉੱਥੇ ਜੇ ਕੋਈ ਗੱਲਬਾਤ ਹੋਵੇਗੀ ਤੇ ਜੀਵਨ ਨਾਲ ਸੰਬੰਧਿਤ ਹੋਵੇਗੀ, ਉਹ ਸੰਸਾਰ ਦੀ ਨਹੀਂ ਹੈ। ਉੱਥੇ ਪਾਪ ਤੇ ਪੁੰਨ ਦੀ ਵਿਚਾਰ ਕੀਤੀ ਜਾਏਗੀ ਕਿ ਪਾਪ ਕੀ ਹੁੰਦਾ ਹੈ ਤੇ ਪੁੰਨ ਕੀ ਹੁੰਦਾ ਹੈ, ਪਾਪ ਤੇ ਪੁੰਨ ਕਿਸ ਨੂੰ ਕਹਿੰਦੇ ਨੇ, ਉੱਥੋਂ ਪਤਾ ਲੱਗਣਾ ਸ਼ੁਰੂ ਹੋਏਗਾ। ਨਹੀਂ ਤੇ ਅਜੇ ਤੇ ਪਾਪ ਦਾ ਹੀ ਪਤਾ ਨਹੀਂ ਲੱਗਾ, ਪੁੰਨ ਦਾ ਵੀ ਪਤਾ ਨਹੀਂ ਹੈ। ਅਸੀਂ ਪੁੰਨੀ ਬਣ ਗਏ ਬਹੁਤ ਵੱਡੇ, ਥੋੜੀਆਂ ਜਿਹੀਆਂ ਚੀਜ਼ਾਂ ਤਿਆਗ ਕੇ ਛੱਡ ਕੇ ਤਾਂ ਪੁੰਨ ਸਮਝ ਲਿਆ ਅਸੀਂ ਬੜਾ ਵੱਡਾ ਪੁੰਨ ਕਰਨਾ ਸ਼ੁਰੂ ਕਰ ਦਿੱਤਾ ਹੈ, ਪਰ ਉਹਦੀ ਸਮਝ ਨਹੀਂ ਸੀ ਆਈ ਵੀ ਇਹ ਪੁੰਨ ਕੋਈ ਹੈ ਨਹੀਂ। ਸਭ ਤੋਂ ਵੱਡਾ ਪੁੰਨ ਹੈ ਕਿ ਕਰਮ ਕਰਤ ਹੋਵੇ ਨਹਿ ਕਰਮ, ਇਹ ਸਭ ਤੋਂ ਵੱਡਾ ਪੁੰਨ ਹੈ। ਕਰੇ ਕੁਝ ਵੀ ਮਨੁੱਖ, ਪਰ ਉਹਦੇ ਨਾਲ ਆਪਣੇ ਆਪ ਨੂੰ ਬੱਝਣ ਨਾ ਦੇਵੇ। ਜੋ ਵੀ ਕਰ ਰਿਹਾ, ਚੰਗਾ ਕਰ ਰਿਹਾ, ਸ਼ੁਭ ਕਰ ਰਿਹਾ, ਪਾਠ ਕਰ ਰਿਹਾ, ਕੀਰਤਨ ਕਥਾ ਕਿਤਾਬ ਲਿਖ ਰਿਹਾ, ਸੇਵਾ ਕਰ ਰਿਹਾ, ਦਾਨ ਕਰ ਰਿਹਾ, ਜੋ ਕੁਝ ਕਰ ਰਿਹਾ ਉਹਦੇ ਨਾਲ ਆਪਣੇ ਆਪ ਨੂੰ ਬੱਝਣ ਨਾ ਦੇਵੇ, ਇਹ ਸਭ ਤੋਂ ਵੱਡਾ ਪੁੰਨ ਹੈ। ਪੁੰਨ ਦਾਨ, ਦਾਨ ਦੇ ਅਰਥ ਨੇ ਦੇ ਦਿੱਤਾ, ਜਿਹੜਾ ਦੇ ਦਿੱਤਾ ਉਹਦੇ ਨਾਲ ਨਾ ਬੱਝੇ, ਜਿਹੜਾ ਦਿੱਤਾ ਜੇ ਉਹਦੇ ਨਾਲ ਬੱਝ ਗਿਆ ਫਿਰ ਉਹ ਪੁੰਨ ਨਹੀਂ ਹੋਵੇਗਾ, ਪਾਪ ਬਣ ਜਾਏਗਾ। ਆ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਾਓ, ਜਿੱਥੇ ਗੁਰੂ ਰਾਮਦਾਸ ਜੀ ਲੰਗਰ ਹੈ ਉਹਦੇ ਗੇਟ ਦੇ ਵਿੱਚ ਦਾਖਲ ਹੋਣ ਲੱਗਿਆਂ ਇੱਕ ਵਾਰੀ ਉੱਤੇ ਲਿਖੀਆਂ ਹੋਈਆਂ ਤੁਕਾਂ ਪੜ੍ਹ ਕੇ ਵੇਖਣਾ, ਉਹਦੇ ਅਰਥ ਕੀ ਨੇ। ਉਹਦੇ ਵਿੱਚ ਮੈਂ ਵਾਰਤਕ ਕਹਿ ਦਿਆਂ ਸਮੇਂ ਦੀ ਸ਼ੋਰਟਕੱਟ ਕਹਾਂ, ਉਹਦੇ ਅਰਥ ਨੇ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਪਰਮਾਤਮਾ ਆਪ ਹੀ ਲੰਗਰ ਬਣਾ ਰਿਹਾ ਹੈ। ਉਹਦੇ ਤੋਂ ਪਹਿਲਾਂ ਗੱਲ ਸ਼ੁਰੂ ਕੀਤੀ, ਆਪੇ ਬੀਜਦਾ ਹੈ, ਆਪ ਹੀ ਜ਼ਿੰਮੇਦਾਰ ਹੈ, ਯਾਨੀ ਕਿ ਜਿਹੜਾ ਲੰਗਰ ਅੰਦਰ ਵਰਤ ਰਿਹਾ ਨਾ ਉਹਦੀ ਵਿਆਖਿਆ ਕੀਤੀ ਹੈ। ਗੁਰਬਾਣੀ ਦਾ ਸ਼ਬਦ ਹੈ, ਉਹ ਕਹਿੰਦੇ ਨੇ ਜ਼ਮੀਨ ਵੀ ਆਪ ਹੈ, ਉਹ ਬੀਜ ਵੀ ਆਪ ਹੈ, ਬੀਜਣ ਵਾਲਾ ਜ਼ਿੰਮੇਦਾਰ ਵੀ ਆਪ ਹੀ ਹੈ ਪਰਮੇਸ਼ਰ। ਉਹਦੇ ਵਿੱਚੋਂ ਉੱਗਦਾ ਤੇ ਜਦੋਂ ਅਨਾਜ ਕਣਕ ਲਿਆ ਕੇ ਜਿਹੜਾ ਕੋਈ ਉਹਨੂੰ ਪੀਂਦਾ ਉਹ ਵੀ ਆਪ ਹੀ ਹੈ, ਉਹ ਆਪ ਹੀ ਕਰ ਰਿਹਾ ਸਭ ਕੁਝ। ਫਿਰ ਲਿਆ ਕੇ ਉਹਨੂੰ ਪਕਾਉਂਦਾ ਉਹ ਵੀ ਆਪ ਹੈ, ਵਰਤਾਉਣ ਵਾਲਾ ਵੀ ਆਪ ਹੈ ਤੇ ਖਾਣ ਵਾਲਾ ਵੀ ਆਪ, ਤੇ ਖਾਣ ਤੋਂ ਬਾਅਦ ਚੁਲੀ ਕਰਨ ਵਾਲਾ ਵੀ ਆਪ ਹੈ, ਇੱਕ ਇੱਕ ਗੱਲ ਗਿਣ ਦਿੱਤੀ। ਫਿਰ ਵਿਦਾ ਵੀ ਕਰਦਾ ਆਪ, ਛੱਡ ਕੇ ਆਉਂਦਾ ਵੀ ਚਲੋ ਤੁਸੀਂ ਤ੍ਰਿਪਤ ਹੋ ਗਏ, ਆਪੇ ਵਿਦਾ ਕਰਾਵੇ, ਆਪ ਹੈ ਸਭ ਕੁਝ। ਉਹ ਕਿਹਦੇ ਵਾਸਤੇ ਤੁਖ ਹੈ? ਉਹ ਵਰਤਾਉਣ ਵਾਲਿਆਂ ਵਾਸਤੇ ਵੀ ਹੈ, ਬਈ ਤੂੰ ਨਹੀਂ ਵਰਤਾ ਰਿਹਾ, ਕਿਤੇ ਜਾ ਕੇ 6 ਕੁ ਘੰਟੇ ਲਾਏ ਤੇ ਪਰਤ ਕੇ ਆ ਕੇ ਲੇਬਲ ਤੇ ਲਿਖਦਾ ਵੀ ਮੈਂ 6 ਘੰਟੇ ਲੰਗਰ ਵਰਤਾ ਕੇ ਆਇਆ, ਮੈਂ 8 ਘੰਟੇ ਭਾਂਡੇ ਮਾਜ ਕੇ ਆਇਆ, ਮੈਂ ਇੰਨਾ ਚਿਰ ਸੇਵਾ ਕੀਤੀ। ਗੁਰੂ ਸਾਹਿਬ ਦਾ ਮਤਲਬ ਬੰਦੇ ਦੀ ਹਉਮੈ ਨੂੰ ਤੋੜ ਦੇਣਾ ਹੈ, ਜਿਹੜਾ ਅੰਦਰੋਂ ਇਹ ਬੱਝਾ ਹੋਇਆ ਨਾ ਵੀ ਮੈਂ ਇਹ ਕੀਤਾ ਮੈਂ ਇਹ ਕੀਤਾ। ਦੇਣ ਵਾਲੇ ਨੂੰ ਕਿਹਾ ਤੂੰ ਨਹੀਂ ਦੇ ਰਿਹਾ, ਤੇਰੇ ਵਿੱਚ ਕੋਈ ਵਸਿਆ ਹੋਇਆ ਉਹ ਦੇ ਰਿਹਾ ਹੈ। ਬੀਜਣ ਵਾਲੇ ਨੂੰ ਕਿਹਾ ਤੂੰ ਨਹੀਂ ਬੀਜ ਰਿਹਾ,
अपने अंदर झाती मार के वेख तेनू अंदरों कोई प्रेरित कर रहा है भी इस तरह बिजी दा तेरे अंदर कोई बैठा होया। सब को जो आप है दान दे अर्थ की ने पुन दे अर्थ की ने पुन दे भाव ने कि जो भी करना देना वो दे ही देना बस वो नाल ना बजना आदमी ते छड़दे नहीं मरन तक चीज नूं भी। तुसी हैरान होवोगे बंदा गुरुद्वारे एक कपड़ा दे देवे ना एक पर्दा सारी उम्र जदों गुरुद्वारे आएगा गुरु ग्रंथ साहिब वल ध्यान घट देगा उस पर्दे वल ज्यादा देगा भी मैं दिता सी। जे भुल के चार पैसे दे लवे जदों खड़ा होवेगा जी फलाना काम जदों होया सी उदों बाबा जी नूं मैं इन्ने पैसे दिते सन किन्नी बारी दोहराएगा किन्नी बारी कहेगा ये की है असल विच। कबीर जी ने बचन किते कहन लगे ओ तेरा तुझको सौंपते क्या लागे मेरा जदो तू दे दिता फिर उहदा तेरे उत्ते की अधिकार है। फिर जो उस चीज नूं किसे बंदे ने गुरु घर दे विच इंट्री हो गई जदों उदों बाद उह तेरी नहीं है वह गुरु नानक दी दात है ते बार भी उहदी सी वह भी साडा इक भरम ही पालिया होया है बार भी उहदी सी पर जाच सिखाई भी जदों इंट्री कर दित्ती जदों दे दित्ती विच तू दाखल करा दित्ती उहदे तों बाद फिर मन विच गल ना लई भी ये मेरी चीज सी ते बंदा ते पंजाह पंजाह साल नहीं छड्डदा उस चीज नूं मैं जिहड़ी चीज दित्ती सी उहदी वरतों कित्थे करदे हुण जिथे मैं कही सी उत्थे करनी है। होमै दे बीच बहुत डूंगे ने इस करके पुन दे अर्थ ने दे के भुल जाना पाप दे की अर्थ ने। गुरु साहब कहिंदे ने उत्थे पाप पुन विचारी है पाप है परमेश्वर नूं भुलना अकाल पुरख की याद तो खाली होके जिउणा जिहड़ा पल उहदी याद तो खाली होके आदमी जिंदा रहा वह पल पाप विच लिखिया गया है उहनूं पाप कहिंदे ने। उत्थे पाप पुन विचारीऐ कूड़ा घटै रास कूड़ा दे अर्थ ने झूठ घटै दे अर्थ ने घटदी है रास दे अर्थ राशि भंडार जिहड़ा साडे अंदर झूठ दा भंडारा भरिया पिया है वह पढ़िया दे कोल नाम जिन्हां दे मन विच वसिया उन्हां दे कोल बहन नाल उहदे विच कमी आउणी शुरू हो जाती है। फिर अगे बचन क्या कहिंदे उत्थे खोटे सट्टियां खरे कीचै साबास उत्थे जिहड़े जिहड़े खोटे कर्म हुंदे ना बंदे दे अंदर विचों पुट पुट के बाहर सुट दिते जांदे ने उहनां नूं विचों कढ़िया जांदा विचों खिचिया जांदा है। गुरु अंगद देव सच्चे पातशाह जी दे जीवन दे अंदर भी इह घटनावां वापरियां मैं कुछ क्योंकि संगत वल्लों हुकम सी भी गुरु अंगद देव जी दा जीवन भी विच थोड़ा थोड़ा किया जाए। उत्थे खोटे जिहड़े ने कर्म बंदे दे अंदर सटियां उन्हां खोटे कर्मां नूं विचों पुट पुट के संगत विच एक एक करके दो दो करके सहजे सहजे खोटे कर्म जिहड़े ने उन्हां नूं पुट दिता जांदा है संगत विच आउण दी जाच आ जाए इत्थे बैठना भी काफ़ी है। गुरुद्वारे दे विच रहना ते रहण दी जाच आउणी दो चीज़ां ने ध्यान रखना गुरु दरबार विच बहना ते बहण दी जुगत आ जानी दो चीज़ां ने। इत्थे जिन्ना आदमी अपने ध्यान नूं शांत करके बहेगा ना बिल्कुल बंद बोलन दी लोड़ नहीं इत्थे कि कोई व्यक्ति किन्नी जोर दी बोलदा वह समां हुंदा है वी हुण आपां संगत विच बोलना है वह मिथ्या जांदा है वी इत्थे आपां संगत विच बोलना है वह तो अगे पिछे नहीं है वो तो अगे पिछे असी गुरु दरबार विच जिन्ने शांत हो के बवांगे ना उन्ने वो अंदरों जिहड़े कबाड़ ने पुटीने शुरू हो जाएंगे। गुरु नूं काम करन दा वक्त ते मिलेगा जे एक बंदे दा मरीज दा ऑपरेशन करना है डॉक्टर ने तो अगों हाथ ही नहीं पाउण दिंदा वह अपने हाथ चलाई जांदा है तां फिर उहनूं बेहोश करना पैंदा। तां जिहड़ा कीर्तन है ना साज दी होर तां लोड़ नहीं सी आ राग आया गुरु ग्रंथ साहिब जी के अंदर राग
कीर्तन साज बजाने कादे वास्ते सन, वह एक इंजैक्शन सी, जिमें किसी मरीज का ओपरेशन करना होवे पहला उन्हें बेहोश किया जाता भी ये हिले ना तो ओपरेशन होगा, तो वह जिहड़ा कीर्तन के साज ने वह सिर्फ बंदे नूं थोड़ा जिहा मदहोशी विच लै के जाण वास्ते ने, तो जदों मदहोश हो जाए फिर शब्द द्वारा उहदे विचों कबाड़ नूं कढ़िया जाता है, जिहड़ा सीधा हो जाए उहदी जल्दी हो जाएगी। उत्थै खोटे सटियां ते गुरु अंगद देव जी जिदन दूसरी बारी आए गुरु नानक साहब सच्चे पातशाह जी दे कोल, ते सारी उम्र ते दुकान कीती सी, वाई कीती नहीं सी खेती, ते करतारपुर साहब विच जदों दा निवास कीता सी गुरु नानक देव जी ने जिहड़ा पाकिस्तान दे अंदर है, उत्थे गुरु साहब ने करतारपुर दे आले दुआले संगतां ने बहुत सारी जमीन दे दित्ती सेवा वास्ते, ते उत्थे वाई खेती गुरु नानक साहब जी ने फिर शुरू कर दित्ती, आप हल वाया। उत्थे जिंदगी दे जिहड़े अखीरले 17-18 साल ने वो करतारपुर साहब विच बिताए सतगुरु नानक देव जी ने, तो गुरु नानक देव सच्चे पातशाह जी नूं जदों मिलन आए ते घर गए पहला, अगे माता जी सन, माता सुलखणी जी, उन्हां नूं नमस्कार कीते, पुछया कि सतगुरु कित्थे हन, भाई लहणा जी उदों नाम सी गुरु अंगद देव जी दा, अजे आए सन, उन्होंने कहा तुसीं बैठो इत्थे जल पानी छको, आ जाते ने बाहर खेतों में गए ने, पर गुरु अंगद देव जी ने कहा नहीं मैं उत्थे चला जाना, जाके दर्शन करना मिल के आना। तां अंगद देव जी उस वेले, अंगद देव जी मैं शब्द वरत रहा, अजे गुरु नहीं सन बने, सिख दे रूप में सन, उत्थों घरों तुर पए ते घरों उस पासे वल चले गए जिथे गुरु साहब खेतां दे विच वाई आप कर रहे सन ते सिखां तों करा रहे सन। वैसे सारे कारोबारों दे विचों जिन्ने कारोबार ने सारे चंगे ने, पर जे किसे ने अध्यात्म कमाउणा है, हाँ बंदा तृष्णा वस ना होवे, अज दा ते समाज ही इन्ना तृष्णा वस हो गया कि कोई हद ही किते है नहीं, कोई चीज किते रोकी नहीं रही, हर एक चीज बड़ी जल्दी नाल काली नाल बदलती जा रही है। जे किसी ने अध्यात्म कमाना है तो सब तो ज्यादा सहायता मिलती उन्हें खेतीबाड़ी विच किते खुले थां ते, उन्हें समा मिल सकता उहदे अंदर नूं। गुरु साहब ने सिखा रहे सन, सिख भी नाल लगे ने, ते दिन सन उह भादों असों दे, उन्हां दिनां विच आम तौर ते झोना लाया हुंदा, वह जिहड़ा झोना सी तां उहदे विच नदीन उगे हुए सन, घा उगे सन, कबाड़ उसनू कह लईए हुण, इह शब्द जिहड़े ने अजकल दे जिहड़े पढ़े लिखे नौजवान अद्धिआं नूं ते झोने दा पता नहीं लगना की है, तां उह इक फसल सी उहदे विचों जिहड़ा नदीन हुंदा है ना, कबाड़ जिहड़ा जिहनूं कई वारी तुसीं गुल्ली डंडा कहिंदे हो, उह उगिआ होइआ ते गुरु साहिब आप झोने दे विच बहि के वह नदीन कढ रहे सन, विचों झोने दे विचों पट रहे सन, बाहर खिच रहे सन, ते पट पट के बाहर उहदियां ढेरियां लगियां सन, वह लिजा के पशुआं नूं पाउंदे सन ताकि झोना जिहड़ा पूरी तरह फल फुल सके। गुरु अंगद देव जी उत्थे चले गए, वेख्या जाके नमस्कार कीती, गुरु साहिब ने वेख्या, आशीर्वाद दिता, हाल चाल पुछया, कोल खड़े हो गए, थोड़ा चिर खड़े रहे गुरु अंगद देव जी, फिर उन्होंने सोचा भी सारे सिख सेवा करते ने पे, सारे ये नदीन पुटते ने, मैं क्यों ना हिस्सा वडावा विच, तो वह भी गुरु नानक साहब के नाल ही पानी विच बैठ गए, जिहड़ी फसल पानी विच हुंदी है, विच बैठ गए, पानी सी परवाह ना कीती, गुरु नानक साहब आप बैठे सन पानी विच, झोने विच कम कर रहे सन, किते धार्मिक जगत नूं गुरु साहब तो सेध लैण दी जाच आ जाए। उन्होंने नाम जपया, वंड छकिया, ते किरत नूं करके विखाया, हथी कम कीता, इकले बैठे रहना याद रखना सिखी इन्हां समाधियां नूं नहीं मनदी, ठीक है उहदे विच सहज समाधि है, पर इह ते रब नूं गल विच रस्सी पाण वाली गल, भी मैं इन्ने घंटे ला के उहनूं जरूर काबू कर लेना है,
वो इस तरह थोड़ी काबू होंदा, ना तू आवै बस कितै सियाण पे, ना तू आवै बस बहुता दान दे, ना तू आवै बस धरती धाई है, ना तू आवै बस तीर्थ नहाई है, ना तू आवै बस वेद पढ़ावने, ना तू आवै बस बहुत किनावने, किसे तरीके नाल बस विच नहीं आउंदा। सब को तेरा बस अगम अगोचरा, तू भगतां कै बस भगतां तान तेरा। भगती दे अर्थ की ने, मैं जो भी करना उहदा जोर नहीं कोई, जे कोई दात मिलनी है ते तेरी कृपा नाल मिलनी है। मेरी मर्यादा मेरी बंदिश तेनू प्राप्त नहीं कर सकती, तेरी कृपा नाल तू मैनू प्राप्त हो सकना। तां गुरु साहब खुद उस झोने विचों नदीन पट रहे ने, ते गुरु अंगद देव जी का मन किया मैं भी लग जा, वह भी अगे हो के बैठ गए, तो उन्होंने पुटना शुरू कर दिता। हुण ये जड़ा झोना तो उहदा नदीन इको जिहा बाहरों दिसदा है, जिन्ना चिर आदमी ने कम किया ना होवे पहचान नहीं आउंदी कि कबाड़ किहड़ा है ते झोना किहड़ा विच। ते गुरु अंगद देव जी ने वह बूटे फड़े, कबाड़ भी पुटी जांदे ने ते जे झोने का बूटा आउंदा भी पुट देंदे ने। गुरु अंगद देव सच्चे पातशाह ने जदों झोने के चार पांच बूटे पुट दिते ना, क्योंकि दुकान कीती सी अज तक, गुरु नानक साहब ने बांह फड़ ली ते बड़े प्यार नाल, ये बख्शां इस तरह हुंदियां ने, इन्हां दा पता नहीं लगता। सहज सुभाए जिन्हों गुरबाणी विच कहा गया साधु बोलै सहज सुभाए, कोई पता नहीं लगता भी किहड़े वेले कृपा होवे। गुरु नानक साहब ने भाई लैणे दी गुरु अंगद देव जी दी बांह फड़ी, कहन लगे लैणिया तू खड़ा हो जा, क्यों? कहन लगे तू बूटे पुटने नहीं, तू बूटे लाउणे ने, वचन कर दिता। ये जदों वापरदा आले दुआले दे लोकां नूं पता नहीं लगता, कई बारी उन्हूं भी नहीं पता लगता जिहदे नाल वापर जांदा है। उन्हें क्यों ना क्या महाराज बूटे लाने, मैं ला दिया। फिर कह लगे नहीं लाने, सिखां दे बूटे लाने, तू गुरसिखी दे नाम दे परमात्मा दे प्रेम दे बूटे लाने ने, और कबाड़ भी कढ़ेगा। ये एक नहीं, कई घटनावां वापरियां। गुरु अंगद देव जी दे 7 साल दिन रात घटनावां नाल भरे पए ने, 7 साल उन्होंने सेवा की। इस तरह एक दिन इशनान करदिआं गुरु नानक साहब वापस मुड़ रहे सन, ते भाई लहणा जी नाल आउंदिआं आउंदिआं उन्होंने अपना इशनान करन वाला जिहड़ा भांडा सी लोटा चिक्कड़ विच सिट दिता, जां हथ ढिल्ला कर दिता, डिग पिया। नाल बड़े सिख सन, इशारा कीता इहनूं कढ के लियाओ। वैसे आपां इह कहिंदे वी बाबा श्री चंद जी नूं कहा सी वी तुसीं कढ के लियाओ। साडी इक निशाना बन जांदा वी जिहड़ा बंदा जिहदे नाल सानूं असीं निशाना बना लईए, सारे वार उहदे ते करने आ सी। सिख सारे सन उत्थे, कल्ले बाबा श्री चंद नहीं सन, सारिआं नूं कहा सी कढो इहनूं कोई। इह कल्ले साहिबजादे नहीं सन उत्थे, सारे हुकम साहिबजादिआं नूं करदे रहे। बस गल इह बण गई वी आपां उदासियां दी निंदिआ करनी है, ते उहदे विच ये साढ़े हाथ में आ गई गल। होर भी सिख नाल सन, कल्ले साहबजादे ते गुरु अंगद देव जी नाल नहीं सन हुंदे, कईयां नूं क्या ते हुण ना ते ना कीती। कईयां ने पता जदों बंदा ना ना करना होवे ते करना भी नहीं चाहुंदा, कदी अख नूं हथ फेरदा, कदी कन्न फड़ लैंदा, इधर उधर मूंह जिहा करदा, पता लग जांदा भी इह कम करके राजी नहीं है। गुरु साहब ने जदों कहा ते किसे ने मूंह इधर कर लिया, जी अज धुप बहुत वधिया चढ़ी, किसे ने कुछ कहना, गुरु साहब ने सोचा नीयत विच फर्क है। भाई लैणे नूं इशारा कीता, क्या नहीं, सिख ते गुरु की जिंदगी उदों शुरू हुंदी जदों गुरु बोले ना ते सिख उहदी आवाज़ नूं समझ जाए। सिर्फ इशारा इशारा कीता, भाई लैणा जी एकदम उस चिक्कड़ विच चले गए, लोटा कढ़िया बाहर। कईयां ने कहा इन्हें कपड़े खराब कर लए, उन्हें दा भांडा नहीं, कढ के लिआंदा। गुरु नानक साहब ने कहा लैणिआं नूं मांज हुण चंगी तरह साफ कर। मांजिआ उसनूं, मांज के धोता, उहदे विच्चों लिशकां पैण लग पईआं,
गुरु साहब ने दूसरा बचन किया, कहन लगे लैणिया समा आवेगा जिवें गंदा लोटा कढ के मांजे ते इहदे विचों चमक रहा सारा कुछ, समा आवेगा तू मनुखां दे मन इस तरह मांज दिया करेगा, उन्हां दी गंदगी ला देंगा मन विचों विकारां दी ते उन्हां दे मन इस तरह चमकन लग पैणगे। ये बख्शां कीतियां उत्थे खोटे सटिया है, उत्थे खोट नूं खत्म किया जाता उस अमृत वेले विच, उन्हां सत्तां पैरां विच खोट नूं खत्म किया जाता है, जिहड़ी अंदर माड़ापन हुंदा है, माड़े कर्म हुंदे ने, संगत विच सहजे सहजे घटदे जांदे ने, सहजे सहजे उन्हां विच कमी आउणी शुरू हो जांदी। एक दिन ना समझना आपां इत्थे आए हां, ये ना कहीए एक दिन आए सी मन नहीं जुड़िया, ते जे होस्पिटल विच बंदे नूं 6 महीने रहना पए, बीमारी किड्डी लंबी है, उत्थे भी ते बंदा एक दिन ठीक ना होवे ते किन्ने होस्पिटल किन्ने डॉक्टर बदलदा है, यतन करदा है ना उहदे वास्ते। इसलिए मन दा टिक जाना इतना जल्दी नहीं, पहले दिन कहना मन नहीं टिकदा, हाँ कुछ थावां ऐसियां ने जिथे भटकदे हुए मन भी टिकदे ने, वो फर्क है कुछ। वो जे मिल जाए कोई इस तरह की गल तां फिर साडे भाग वड्डे, जल्दी सहायता कम जल्दी हो जाएगा, पर मन नाम की चीज इन्नी जल्दी टिक जाए संभावना नहीं है। जे कोई तुहानूं इह धोखा दिंदा है वी तुसीं आओ 8 घंटिआं विच चानण दिखा देंगे, दुकानदारी है धर्म नहीं है, धर्म कदी दावा नहीं करता भी इन्ने चिर विच तुहानूं सर्टिफिकेट देंगे परमात्मा का। वह पखंड की दुकान हो सकती, गुरु नानक साहब ने कहा तेरा तुझको सौंप ते क्या लागे मेरा, जो तू सिख ही बनया फिर मंगदा की है पिया, सिख दे ते अर्थ ही की मंग रहा है, की चाहिए तेनू, जो कुछ तेनू चाहिए हुण मैनू पता, मैं आपे दे देंगा जदों समा आएगा, तू सिर्फ आना सी, तेरा होर कोई काम नहीं सी। इसलिए विलक्षण है गुरसिखी, उहदे विच दावे नहीं किए जाते, उहदे विच हंकार के दावे नहीं बने जाते, जो करेगा परमेश्वर परमात्मा करेगा। उस थां ते उन्हां सत पैरां विच जिथे पाप ते पुन की विचार की जाती है, कूड़ की जिहड़ी राशि भंडार है वह घटनी शुरू हो जाती है, उत्थे खोटे सटिए खरे कीचै शाबाश, खोट जदों घटदा जांदा है एक दिन खरापन अंदर बच जांदा है, साडे अंदर है कोई खरापन, इस तरह खोजिया नहीं लभेगा। उहदी एक जुगत दसी गुरु साहब ने, साडे अंदर अमृत भी है, साडे विच ब्रह्म ज्ञान भी है, खालसा भी साडे अंदर है, शब्द भी है, नाम भी है, कोई शक नहीं, पर जे इस तरह असी लभना शुरू किया विचों कढ़ के लियावांगे तो लोगों नूं विखावांगे फिर नहीं वो मिलेगा। उहदा एक तरीका है, कहिंदे ने एक घर विच, मैं उदाहरण दे दिया, किसी जिमीदार का सोने का कड़ा किते कबाड़ विच गुआच गया, पराली विच लकड़ां पईआं सन, बहुत सारे ढेर सन, किते कम करदा सी उहने ला के रखिया, उहदे विच किते घुस गया, किते गुआच गया, हुण महंगा सी उहने नौकर लिया के बंदे लाए वी इह ढेर है बहुत वड्डा, बड़ा लम्मा चौड़ा कई एकड़ विच खिलरिया होया है, ते पता नहीं उह कड़ा किते गुआच गया, इहनूं सारे नूं फोलो कबाड़ नूं विचों, 15-20 आदमी फोलन ते लगे, सारा दिन लभदे रहे ना मिलिया, निराश होके बैठे, है विच सी उहदे। शाम नूं उत्थे कोई सियाणा मनुख लंघिया, उहने कहा सारा दिन की करदे हो, कहन लगे जी विच सोने दा कड़ा गुआच गया, सारा दिन 20 बंदिया ने लभिया मिलिया नहीं। उहने कहा जिहड़ी पराली फोलदे उहदी लोड़ है तुहानूं, कहन लगे लोड़ तां कोई नहीं, कहिंदे इहनूं अग लाओ खां, इह सड़ जाएगी, कड़ा अपने आप बच जाएगा विचों, इहनूं अग ला दिओ, एवें सारा दिन मेहनत कर दिओ। उन्हां ने कहा भी जुगत तां बड़ी सोहणी है, बड़ा तरीका है। उन्होंने उस वेले तील लाई, अग ने सारा कुछ साड़ के सुआह कर दिता,
सारा कुछ सड़ गया, उन्हें क्यों लभीए? कह लगे अजे ना लभो, रात इन ठंडा होने दे। सवेर तक वो जी सवाह सी बैठ गई, जदों सवेरे सूरज चढ़िया, सूरज की रोशनी जदों पई ना उत्ते, वो जिहड़ा कड़ा है वो अग नाल होर चमक गया सी। चमकता पहले ही बहुत सोने विच, वो अग नाल जिहड़ा शुद्ध सोना है होर चमकता है। सवेरे आके वेख्या सूरज दीयां किरणां नाल वो कड़ा चमकदा है, जिमीदार ने जाके फड़ लिया। इहनू कहिंदे ने जुगत, इहनू कहिंदे ने तरीका। हो सकदा आपां पराली फोड़दे फिरीए। ਇਹ ਵੇਖਣਾ ਚਾਹੀਦਾ ਕਿ ਗੁਰੂ ਕੇ ਹੁਕਮ ਤੋਂ ਬਾਹਰ ਜਾ ਰਹੇ ਹਾਂ, ਇਹਦੇ ਅਰਥ ਨੇ ਪਰਾਲੀ ਫੋਲ ਰਹੇ ਹਾਂ। ਸਾਰੀ ਉਮਰ ਫੋਲਦੇ ਰਹਿਣਾ ਪਰਾਲੀ ਆਪਣੀ ਹਉਮੈ ਦੇ ਆਸਰੇ, ਕੜਾ ਨਹੀਂ ਮਿਲੇਗਾ। ਉਹਨੂੰ ਲੱਭਣਾ ਤੇ ਗੁਰੂ ਕੋਲ ਆ ਜਾਣਾ। ਉਹਨੇ ਕਹਿਣਾ ਲਾ ਦੇ ਅੱਗ ਇਸ ਜੀਵਨ ਨੂੰ, ਸਾੜ ਕੇ ਰੱਖ ਦੇ ਸਾਰਾ ਕੁਝ। ਆਹ ਜਿਹੜਾ ਅੰਦਰ ਮੈਂ ਤੂੰ, ਓਏ ਜੋ ਬੀਤ ਬੀਚ ਹਮ ਤੁਮ ਕਛ ਹੋਤੇ, ਤਿਨ ਕੀ ਬਾਤ ਬਿਲਾਨੀ। ਲਾ ਦੇ ਇਸ ਮਨ ਦੇ ਲੋਭ ਨੂੰ ਅੱਗ, ਹੰਕਾਰ ਨੂੰ, ਹੋਰ ਜੋ ਕੁਝ ਅੰਦਰ ਤੂੰ ਕਬਾੜ ਸਾਂਭਿਆ ਹੋਇਆ, ਗੁਰੂ ਕੇ ਸ਼ਬਦ ਦੀ ਅੱਗ ਲਾ। ਜਿਹਨੂੰ ਕਬੀਰ ਜੀ ਨੇ ਕਿਹਾ, ਕਬੀਰ ਐਸਾ ਕੋਈ ਨਾ ਜਨਮਿਓ, ਆਪਣੇ ਘਰ ਲਾਵੈ ਆਗ, ਪਾਂਚੋ ਲੜਕਾ ਜਾਰ ਕਹਿ ਰਹੇ ਰਾਮ ਲਿਵ ਲਾਗ। ਫਿਰ ਉਹ ਸ਼ੁੱਧ ਦਾਤ ਅੰਮ੍ਰਿਤ ਦੀ ਤੈਨੂੰ ਵਿੱਚੋਂ ਮਿਲੇਗੀ। ਇਸ ਤਰ੍ਹਾਂ ਇਸ ਢੰਗ ਦੇ ਨਾਲ ਇੱਥੋਂ ਸੁੱਖ ਦੀ ਪ੍ਰਾਪਤੀ ਹੋਣ ਦਾ ਕੋਈ ਸਾਧਨ ਨਹੀਂ। ਕਹਿੰਦੇ ਖਰੇ ਕੀਜੈ ਸ਼ਾਬਾਸ਼, ਉੱਥੇ ਖਰਿਆਂ ਨੂੰ ਸ਼ਾਬਾਸ਼ ਮਿਲਦੀ ਹੈ। ਫਿਰ ਇੱਕ ਬਚਨ ਕਿਹਾ, ਬੋਲਣ ਫਾਦਲ ਨਾਨਕਾ। ਫਾਦਲ ਦੇ ਅਰਥ ਨੇ ਬੇਕਾਰ। ਦੁੱਖ ਸੁੱਖ ਖਸਮੈ ਪਾਸ, ਇਹ ਬੜੀ ਮਹੱਤਵਪੂਰਨ ਪੰਕਤੀ ਹੈ। ਇਹਦੇ ਵਿੱਚ ਅਖੀਰ ਤੇ ਇਹ ਦੱਸਿਆ ਗਿਆ ਹੈ ਕਿ ਇਸ ਪੀਰੀਅਡ ਵਿੱਚ, ਇਸ ਕਲਾਸ ਵਿੱਚ ਪੜ੍ਹਦਿਆਂ ਧਰਮ ਦੀ ਜਿਹੜੀ ਕਲਾਸ, ਜਿਹਦੇ ਵਿੱਚ ਸੱਤੀ ਪਹਿਰੀ ਸੱਤ ਭਲਾ ਜੀਵਨ ਨੂੰ ਸ਼ੁੱਧ ਕਰਨਾ ਹੈ, ਅੰਮ੍ਰਿਤ ਵੇਲੇ ਜੁੜਨਾ ਹੈ, ਇਹਦੇ ਵਿੱਚ ਤੁਰਦਿਆਂ ਤੁਰਦਿਆਂ ਗੁਰੂ ਅੰਗਦ ਦੇਵ ਜੀ ਕਹਿੰਦੇ ਨੇ, ਜ਼ਿੰਦਗੀ ਵਿੱਚ ਕਈ ਥਾਈਂ ਸੁੱਖ ਆਉਣਗੇ ਅਤੇ ਕਈ ਥਾਈਂ ਵਿੱਚ ਦੁੱਖ ਵੀ ਆ ਸਕਦੇ, ਸੰਭਾਵਨਾ ਹੈ ਕਿਤੇ ਕਿਤੇ, ਕਿਉਂਕਿ ਹਰ ਇੱਕ ਬੰਦੇ ਦੀ ਜੀਵਨ ਦੀ ਅੰਤਿਸ਼ ਕਰਨ ਦੀ ਜਿਹੜੀ ਫਾਈਲ ਹੈ ਇੱਕੋ ਜਿਹੀ ਨਹੀਂ। ਚਾਰ ਬੰਦੇ ਨਾਮ ਜਪਣਾ ਇਕੱਠੇ ਸ਼ੁਰੂ ਕਰਨਗੇ, ਇੱਕੋ ਜਿਹੀ ਪ੍ਰਾਪਤੀ ਨਹੀਂ ਹੋਏਗੀ, ਕਿਉਂਕਿ ਉਹਦੇ ਆਪਣੇ ਜੀਵਨ ਤੇ ਆਧਾਰਿਤ ਹੈ ਵੀ ਉਹ ਪਿੱਛੋਂ ਕਿਵੇਂ ਦਾ ਲੈ ਕੇ ਆਇਆ ਹੈ, ਪੁਰਾਤਨ ਉਹਦਾ ਕਰਮ ਲੜੀ ਕਿਵੇਂ ਦੀ ਹੈ, ਉਹਨੇ ਵੀ ਵਿੱਚ ਆਪਣਾ ਪ੍ਰਭਾਵ ਪਾਉਣਾ ਹੈ। ਇਸ ਕਰਕੇ ਜਦ ਜਿਉਂ ਜਿਉਂ ਮਨੁੱਖ ਤੁਰੇਗਾ, ਗੁਰੂ ਸਾਹਿਬ ਨੇ ਕਿਹਾ ਇਹ ਜ਼ਿੰਦਗੀ ਜਿਹੜੀ ਹੈ ਇਹ ਤਾਂ ਹੈ ਹੀ ਦੁੱਖ ਤੇ ਸੁੱਖ ਦਾ ਮਿਸ਼ਰਣ, ਇਕੱਲਾ ਸੁੱਖ ਜ਼ਿੰਦਗੀ ਨੂੰ ਚਲਾ ਹੀ ਨਹੀਂ ਸਕਦਾ। ਸੱਚ ਹੈ ਜੇ ਇਕੱਲਾ ਸੁੱਖ ਆ ਜਾਏ ਤੇ ਉਹ ਸੁੱਖ ਹੀ ਦੁੱਖ ਬਣ ਜਾਏਗਾ, ਦੁੱਖ ਦੇ ਹੋਣ ਕਰਕੇ ਸੁੱਖ ਹੈ, ਇਹ ਸਾਨੂੰ ਸਮਝ ਵਿੱਚ ਨਹੀਂ ਆਉਂਦਾ। ਵਿੱਚ ਵਿੱਚ ਦੁੱਖ ਆਉਂਦਾ, ਸੁੱਖ ਤਾਂ ਲੱਗਦਾ ਜੇ ਲਗਾਤਾਰ ਸੁੱਖ ਰਹੇ ਤੇ ਸੁੱਖ ਹੀ ਦੁੱਖ ਬਣ ਜਾਏਗਾ। ਆ ਬਣਿਆ ਕਈਆਂ ਦਾ, ਸਾਰੇ ਸੁੱਖ ਆ ਗਏ ਨੇ, ਕੋਈ ਉਹਨਾਂ ਨੇ ਕਮੀ ਨਹੀਂ ਛੱਡੀ ਕਿਸੇ ਪ੍ਰਕਾਰ ਦੀ, ਸਰੀਰ ਵੀ ਤੰਦਰੁਸਤ, ਮਾਇਆ ਵੀ ਬੜੀ, ਕੋਈ ਕਮੀ ਨਹੀਂ। ਫਿਰ ਕਹਿੰਦੇ ਪਰੇਸ਼ਾਨੀ ਬਹੁਤ ਹੋ ਗਈ ਹੈ, ਕਿਉਂਕਿ ਵਿਰੋਧੀ ਤੱਤ ਅੰਦਰੋਂ ਖਤਮ ਹੋ ਗਿਆ, ਥੋੜ੍ਹਾ ਜਿਹਾ ਦੁੱਖ ਸੁੱਖ ਨੂੰ ਅਹਿਸਾਸ ਕਰਾਉਂਦਾ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ, ਬੋਲਣ ਫਾਦਲ ਨਾਨਕਾ, ਦੁੱਖ ਸੁੱਖ ਕਰਤੇ ਪਾਸ। ਜਦੋਂ ਇਸ ਤਰ੍ਹਾਂ ਮਨੁੱਖ ਆਪਣੇ ਸੱਤਾਂ ਪੈਰਾਂ ਨੂੰ ਸ਼ੁੱਧ ਕਰ ਲੈਂਦਾ ਹੈ, ਫਿਰ ਉੱਥੇ ਅੰਮ੍ਰਿਤ ਵੰਡੀਆ ਹੈ। ਉਸ ਅੰਮ੍ਰਿਤ ਵੇਲੇ ਵਿੱਚ ਫਿਰ ਅੰਮ੍ਰਿਤ ਵੰਡਿਆ ਜਾਂਦਾ ਹੈ। ਕਰਮੀ ਹੋਏ ਪਸਾਓ, ਪਰਮਾਤਮਾ ਦੀ ਮਿਹਰ ਦੇ ਨਾਲ ਫਿਰ ਉਸ ਅੰਮ੍ਰਿਤ ਦਾ ਪਸਾਓ ਦੇ ਅਰਥ ਹਨ ਪ੍ਰਸਾਰ ਹੁੰਦਾ ਹੈ। ਪਸਾਓ ਦੇ ਅਰਥ ਗੁਰਬਾਣੀ ਵਿੱਚ ਕਈ ਥਾਵਾਂ ਤੇ ਆਏ ਨੇ, ਇੱਥੇ ਪਸਾਓ ਦੇ ਅਰਥ ਹੋਣਗੇ ਪ੍ਰਸਾਰ ਕਰਨਾ, ਖਿਲਰ ਜਾਣਾ, ਵੰਡ ਦੇਣਾ। ਉੱਥੇ ਅੰਮ੍ਰਿਤ ਵੰਡੀਐ, ਕਰਮੀ ਹੋਏ ਪਸਾਓ, ਕੀਤਾ ਪਸਾਓ, ਏਕੋ ਕਵਾਓ। ਇੱਕ ਸ਼ਬਦ ਤੋਂ ਕਿੰਨਾ ਸੰਸਾਰ ਪੈਦਾ ਹੋ ਗਿਆ। ਉੱਥੇ ਫਿਰ ਪ੍ਰਸਾਰਨ ਹੋਵੇਗਾ, ਪ੍ਰਸਾਰਨ ਦੇ ਅਰਥ ਜਿਸ ਬੰਦੇ ਨੂੰ ਅੰਮ੍ਰਿਤ ਦੀ ਦਾਤ ਮਿਲੀ ਏ, ਉਹ ਜੇ ਉੱਠ ਕੇ ਬਾਹਰ ਨਿਕਲਿਆ, ਜਿਹਦੇ ਉੱਤੇ ਨਜ਼ਰ ਪਈ, ਨਜ਼ਰ ਦੇ ਰਾਹੀਂ ਅੰਮ੍ਰਿਤ ਡੁੱਲੇਗਾ ਉਹਦੀ। ਜੇ ਉਹ ਕੰਮ ਕਰੇਗਾ, ਜਿਹਨਾਂ ਚੀਜ਼ਾਂ ਨੂੰ ਹੱਥ ਲਾਏਗਾ,
कबीर सोई मुख धन है जे मुख कहिए राम देही किसकी वापरी पवित्र होएगो ग्राम। उहदे हत्थां विच क्रांति आ जाएगी, उहदे पैरां विच तेजी आ जाएगी, उहदा एक एक रोम क्रांतिकारी हो जाएगा, कई कुछ उहदा प्रभावी बन जाएगा। ਇਹ ਕਿਵੇਂ ਹੋਇਆ? ਇਹ ਪ੍ਰਸਾਰ ਹੈ। ਪ੍ਰਸਾਰ ਦੇ ਅਰਥ ਜਿਹੜੀ ਦਾਤ ਉਹਨੂੰ ਮਿਲੀ ਹੈ ਵੰਡਣਾ ਨਾ ਵੀ ਚਾਹੇ ਆਪਣੇ ਆਪ ਵੰਡੀ ਦੀ ਜਾਏਗੀ, ਆਪਣੇ ਆਪ ਵੰਡੀ ਜਾਏਗੀ। ਜਿਹਨੂੰ ਗੁਰੂ ਸਾਹਿਬ ਨੇ ਕਿਹਾ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਕਰਮੀ ਹੋਏ ਪਛਾਉ ਕੰਚਨ ਕਾਇਆ ਕੱਸੀਐ। ਫਿਰ ਉਹਦੀ ਜਿਹੜੀ ਕਾਇਆ ਹੈ ਸੋਨੇ ਵਰਗੀ ਕਾਇਆ ਕੱਸੀ ਜਾਂਦੀ ਭਾਵ ਸ਼ੁੱਧ ਹੋ ਜਾਂਦੀ ਹੈ। ਵੈਸੇ ਇਸ ਸਰੀਰ ਦਾ ਵਰਣਨ ਵੀ ਗੁਰਬਾਣੀ ਵਿੱਚ ਕੀਤਾ ਗਿਆ। ਸ੍ਰੀ ਰਾਗ ਦਾ ਸ਼ਬਦ ਹੈ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਅੱਠ ਸੱਠ ਤੀਰਥ ਕਾ ਮੁੱਖ ਟਿੱਕਾ ਤਿੱਤ ਘੱਟ ਮਤ ਵਗਾਸ। ਇਹ ਕੰਚਨ ਕਾਇਆ ਕੱਸੀਐ ਵੰਨੀ ਚੜ੍ਹੈ ਚੜ੍ਹਾਓ ਤੇ ਉਹਦੇ ਉੱਤੇ ਵੰਨੀ ਦਾ ਅਰਥ ਹੈ ਸੁੰਦਰ ਪ੍ਰਭਾਵ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ, ਰੰਗ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਇਹ ਕਾਇਆ ਜੇ ਹੋਵੇ ਨਦਰ ਸਰਾਫ ਕੀ, ਫਿਰ ਜਿਹੜਾ ਉਹਨੂੰ ਖਰੀਦਣ ਵਾਲਾ ਹੈ ਜਾਂ ਉਸ ਕਾਇਆ ਨੂੰ ਸ਼ੁੱਧ ਕਰਨ ਵਾਲਾ ਪਰਮੇਸ਼ਰ ਉਹਨੂੰ ਚੰਗੀ ਤਰ੍ਹਾਂ ਕੋਖਦਾ ਹੈ ਨਦਰ ਕਰਕੇ ਵੇਖ ਕੇ। ਬੌੜ ਨਾ ਪਾਈ ਤਾਓ ਫਿਰ ਉਹਨੂੰ ਪਰਤ ਕੇ ਨਹੀਂ ਤਪਾਉਂਦਾ, ਕਿਉਂਕਿ ਉਹ ਪੂਰੀ ਤਰ੍ਹਾਂ ਸ਼ੁੱਧ ਹੋ ਜਾਂਦੀ ਹੈ, ਉਹਦੇ ਵਿੱਚ ਪਵਿੱਤਰਤਾ ਖਾਲਸਤਾ ਆ ਜਾਂਦੀ ਹੈ, ਜਿਸ ਕਰਕੇ ਉਹ ਪ੍ਰਵਾਨ ਹੋ ਜਾਂਦਾ ਐਸੇ ਮਨੁੱਖ ਦਾ ਜੀਵਨ। ਇਹ ਕੰਚਨ ਕਾਇਆ ਕੱਸੀਐ ਗੁਰਬਾਣੀ ਨੇ ਇਸ ਨੂੰ ਕੀ ਕਿਹਾ, ਕੱਲ੍ਹ ਨੂੰ ਗੁਰੂ ਕਿਰਪਾ ਦੁਆਰਾ ਇਹਦੀ ਵਿਚਾਰ ਕਰਾਂਗੇ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।